ਦੱਸਦਾ ਹੁੰਦਾ ਕਿ ਮੇਰੀ ਜ਼ਿੰਦਗੀ ਦਾ ਇੱਕ ਫਲਸਫਾ ਹੈ ਜੋ ਹੁੰਦਾ ਕਿ ਇਲਾਜ ਨਾਲੋਂ ਪਰਹੇਜ਼ ਚੰਗਾ। ਬਿੱਟੂ ਸਪੀਨਾ ਸੰਧੂ ਜੀ ਨੇ ਉਠਾਇਆ ਕਾਫੀ ਦੇਰ ਤੋਂ, ਬਹੁਤ ਵੱਡੇ ਵੱਡੇ ਫਨਕਾਰਾਂ ਨੇ ਇੱਥੇ ਪਰਫੋਰਮ ਕੀਤਾ। ਜਿਵੇਂ ਉਹਨਾਂ ਨੇ ਕਿਹਾ ਕਿ ਉਹ ਚਾਹੁੰਦੇ ਆ ਕਿ ਜਿਵੇਂ ਉਹਨਾਂ ਨੇ ਆਪਣੀ ਭੈਣ ਨੂੰ ਗਵਾਇਆ ਇਸ ਰੋਗ ਕਰਕੇ, ਕੋਈ ਹੋਰ ਆਪਣੀ ਭੈਣ ਮਾਂ ਧੀ ਨੂੰ ਨਾ ਗਵਾਵੇ, ਬੱਚੇ ਮਾਂ ਦੇ ਦੁੱਧ ਤੋਂ ਵਾਂਝੇ ਨਾ ਲੈ ਜਾਣ, ਕਿ ਇਹ ਇੱਕ ਸਬਾਬ ਦੇ ਕੰਮ ਚਲਾ ਰਹੇ ਹੈ। ਅਤੇ ਇਸ ਕਰਕੇ ਇਹਨਾਂ ਨੂੰ ਮੁਬਾਰਕਬਾਦ। ਮੈਂ ਵੀ ਜਦੋਂ ਇਹ ਕੰਮ ਸ਼ੁਰੂ ਕੀਤਾ ਅਤੇ ਜਿਸ ਤਰ੍ਹਾਂ ਗੁਰਦਾਸ ਮਾਨ ਸਾਹਿਬ ਤੋਂ ਇਹ ਕੰਮ ਸ਼ੁਰੂ ਕੀਤਾ ਸੀ ਅਤੇ ਹੁਣ ਅੱਜ ਅਸੀਂ ਸਤਿੰਦਰ ਸਰਤਾਜ ਜੀ ਨਾਲ ਬੈਠੇ ਹਾਂ, ਮੈਨੂੰ ਵੀ ਕਿਤੇ ਇਹ ਲੱਗਦਾ ਹੈ ਕਿ ਅਸੀਂ ਚੰਗਾ ਕੰਮ ਕਰ ਰਹੇ ਹਾਂ। ਤੁਹਾਡੀ ਰੀਚ ਤਮਾਮ ਘਰਾਂ ਤੱਕ, ਤੁਹਾਡੀ ਰੀਚ ਬੱਚਿਆਂ ਤੋਂ ਬਜ਼ੁਰਗਾਂ ਤੱਕ, ਤੁਹਾਨੂੰ ਲੋਕ ਪੜ੍ਹਦੇ ਲਿਖਦੇ ਸੁਣਦੇ ਦੇਖਦੇ। ਇਸੇ 'ਚ ਹੀ ਹੋਏਗਾ ਅਗਰ ਅਸੀਂ ਹਰ ਔਰਤ ਨੂੰ ਇਹ ਮੋਟੀਵੇਟ ਕਰੀਏ ਕਿ ਉਹਨਾਂ ਨੇ ਆਪਣੀ ਮੈਮੋਗ੍ਰਾਫੀ ਜ਼ਰੂਰ ਕਰਵਾਉਣੀ ਹੈ। ਸਹਿਣ ਵਾਲਾ ਜਿਹੜਾ ਦਿੱਤਾ ਤੁਹਾਨੂੰ ਪਰਮਾਤਮਾ ਨੇ ਹੌਸਲਾ ਬਥੇਰਾ ਦਿੱਤਾ, ਦੁੱਖੜੇ ਪਰੋਇਆ ਨਾ ਕਰੋ ਨਹੀਂ ਡੁੱਬ ਜਾਣੀਓ, ਕੁੜੀਓ ਪਰੋਇਆ ਨਾ ਕਰੋ ਨਹੀਂ ਡੁੱਬ ਜਾਣੀ। ਇਸ ਸ਼ਹਿਰ ਦੇ ਪਤਵੰਤੇ ਸੱਜਣ ਸੀਨੀਅਰਸ ਐਜੂਕੇਟਡ ਇੰਟਲੈਕਚੁਅਲਸ ਸਾਰੇ ਬਹੁਤ ਹੀ ਹੁਣ ਆ ਕੇ ਪਹੁੰਚ ਰਿਹਾ, ਅਤੇ ਹੁਣ ਜਦੋਂ ਕਾਲ ਆਉਂਦੀ ਹੈ ਕਿਉਂਕਿ ਸਾਡੇ ਫੈਨ ਪੇਜ ਤੋਂ ਜਦੋਂ ਅਸੀਂ ਅਪਡੇਟ ਕੀਤਾ ਤਾਂ ਮੈਨੂੰ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਹੋ ਗਿਆ। 837 ਸੀਟਸ ਨੇ ਸਿਰਫ ਅਤੇ ਆਉਣ ਵਾਲੇ ਬਹੁਤ ਜ਼ਿਆਦਾ ਨੇ, ਅਤੇ ਇਸ ਕਰਕੇ ਮੈਨੂੰ ਲੱਗਦਾ ਕਿ ਰੱਬ ਕਰੇ ਕਿ ਕੱਲ੍ਹ ਦਾ ਜਿਹੜਾ ਸ਼ੋਅ ਹੈ ਉਹ ਇਹੋ ਜਿਹਾ ਜਾਵੇ ਕਿ ਜਿੰਨਾ ਲੋਕ ਸਤਿੰਦਰ ਲਈ ਮੋਹ ਰੱਖਦੇ ਨੇ, ਜੇ ਇੰਨਾ ਕੁ ਉਸ ਤੋਂ ਅੱਧਾ ਮੋਹ ਵੀ ਕਿਤੇ ਮੇਰੇ ਕੌਜ਼ ਲਈ, ਤੁਹਾਡੇ ਕੌਜ਼ ਲਈ, ਸਾਡੇ ਸਾਰਿਆਂ ਦੇ ਕੌਜ਼ ਲਈ ਰੱਖ ਲੈਣ, ਕਿਉਂਕਿ ਮਾਵਾਂ ਦੇ ਪੈਰਾਂ 'ਚ ਲੋਕ ਕਹਿੰਦੇ ਨੇ ਕਿ ਸਵਰਗ ਹੁੰਦਾ, ਅਤੇ ਜੇ ਮਾਵਾਂ ਨਾ ਰਹੀਆਂ ਅਤੇ ਆਉਣ ਵਾਲੀ ਨਸਲ ਜੇ ਮਾਂ ਦੇ ਦੁੱਧ ਤੋਂ ਵਾਂਝੀ ਰਹਿ ਗਈ ਤਾਂ ਮੈਨੂੰ ਸਮਝ ਨਹੀਂ ਆਉਂਦਾ ਮਾਂ ਦੇ ਪੁੱਤ ਦੀ ਫਿਰ ਕੀ ਸਾਂਝ ਬਚੇਗੀ। ਕਹਿੰਦੇ ਕਿ ਮਿੱਤਰੋ ਦਿਮਾਗਾਂ ਨੂੰ ਹੀ ਤੇਜ਼ ਕਰੀਏ, ਜਿਹੜੀ ਗੱਲ ਪਿਆਰ ਨਾਲ ਹੋ ਜਾਵੇ ਜੀ ਉਸ ਦਾ ਜਵਾਬ ਕੋਈ ਨਾ, ਬਿਨਾਂ ਵਜ੍ਹਾ ਮਸਲਾ ਵਧਾਉਣ ਤੋਂ ਹਮੇਸ਼ਾ ਪਰਹੇਜ਼ ਕਰੀਏ। ਓ ਜੀ ਮਲੂਕ ਜਹੇ ਪੋਟਿਆਂ ਸਹਾਰੇ ਬਰੀਕ ਤੰਦਾਂ ਖੋਦਿਆਂ, ਜੀ ਮਲੂਕ ਜਹੇ ਪੋਟਿਆਂ ਸਹਾਰੇ ਬਰੀਕ ਤੰਦਾਂ ਖੋਦਿਆਂ, ਹੋਰੀ ਜਾਂ ਦਿਲ 'ਚ ਲੁਕਾ ਕੇ ਰੱਖ ਲੈਂਦੀਆਂ ਨੇ ਭੋਲੀਆਂ ਅਤੇ ਗੋਲੀਆਂ, ਜੀ ਮਲੂਕ ਜਹੇ ਪੋਟਿਆਂ ਸਹਾਰੇ ਬਰੀਕ ਤੰਦਾਂ ਖੋਲੀਆਂ, ਉਹ ਜਿਹੜਾ ਜਜ਼ਬਾ ਇਹਨਾਂ ਨੂੰ ਦਿੱਤਾ ਰੱਬ ਨੇ ਜਹਾਨ ਵਿੱਚ ਹੋਰ ਦੀ ਕਿਤੇ, ਲੱਖਾਂ ਨੇਰੀਆਂ ਤੂਫਾਨ ਇਹਦੇ ਅੰਦਰ ਲਬਾਂ 'ਚ ਪਰ ਸ਼ੋਰ ਦੀ ਕਿਤੇ, ਜਿਹੜਾ ਜਜ਼ਬਾ ਇਹਨਾਂ ਨੂੰ ਦਿੱਤਾ ਰੱਬ ਨੇ ਜਹਾਨ ਵਿੱਚ ਹੋਰ ਨੀ ਕਿਤੇ, ਜੀ ਲੱਖਾਂ ਨੇਰੀਆਂ ਤੂਫਾਨ ਇਹਦੇ ਅੰਦਰ ਲਬਾਂ 'ਤੇ ਪਰ ਸ਼ੋਰ ਨੀ ਕਿਤੇ, ਦੇਖੀ ਸਦਰਾਂ ਤੇ ਲਾਸਾ ਹੀ ਨਾ ਪਾਦਵੀ ਇਹ ਹੱਦੋਂ ਵੱਧ ਭੋਲੀਆਂ, ਦੇਖੀ ਸਦਰਾਂ ਤੇ ਲਾਸਾ ਹੀ ਨਾ ਪਾਦਵੀ ਇਹ ਹੱਦੋਂ ਵੱਧ ਭੋਲੀਆਂ, ਰੀਝਾਂ ਦਿਲ 'ਚ ਲੁਕਾ ਕੇ ਰੱਖ ਲੈਂਦੀਆਂ ਨੇ ਭੋਲੀਆਂ ਤੇ ਗੋਲੀਆਂ, ਜੀ ਮਲੂਕ ਜਿਹੇ ਪੋਟਿਆਂ ਸਹਾਰੇ ਬਾਰੀਕ ਤੰਦਾਂ ਖੋਲੀਆਂ। ਬਹੁਤ ਹੀ ਖੂਬਸੂਰਤ ਸਰਤਾਜ ਜੀ, ਥੈਂਕ ਯੂ, ਥੈਂਕ ਯੂ। ਅੱਜ ਅਸੀਂ ਖਾਸ ਬਾਤਚੀਤ ਲਈ ਮਿਲੇ ਹਾਂ, ਤੁਸੀਂ ਔਰਤ ਦੀ ਖੂਬਸੂਰਤੀ ਨੂੰ ਬਹੁਤ ਹੀ ਸੋਹਣੇ ਸ਼ਬਦਾਂ 'ਚ ਜੋੜਿਆ ਹੈ, ਐਮਬਰਾਇਡਰ ਕੀਤਾ ਹੈ ਆਪਣੀ ਪੋਇਟਰੀ ਵਿੱਚ। ਸਭ ਤੋਂ ਪਹਿਲਾਂ ਕਿਉਂਕਿ ਤੁਸੀਂ ਆਪਣੇ ਆਫਕੋਰਸ ਬਹੁਤ ਸਾਰੇ ਸੋਸ਼ਲ ਕੋਜ਼ਸ ਵਿੱਚ ਜੁੜੇ ਹੋ ਤੁਸੀਂ, ਉਹਦੇ ਵਿੱਚ ਹੁਣੇ ਰਾਣੀ ਬ੍ਰੈਸਟ ਕੈਂਸਰ ਟਰੱਸਟ ਵਿੱਚ ਤੁਸੀਂ ਲੇਟਲੀ ਹੁਣੇ ਜੁੜੇ ਹੋ, ਇਨਫੈਕਟ ਉਹਨਾਂ ਦਾ ਕੌਨਸਰਟ ਵੀ ਤੁਸੀਂ ਹੁਣ ਕਰ ਰਹੇ ਹੋ, ਸਪੈਸ਼ਲ ਕੌਨਸਰਟ ਹੋ ਰਿਹਾ ਉਹਨਾਂ ਦਾ। ਸਭ ਤੋਂ ਪਹਿਲਾਂ ਤੁਹਾਡੀ ਨਜ਼ਰ 'ਚ ਇੱਕ ਔਰਤ ਦੀ ਖਾਸੀਅਤ ਕੀ ਹੈ, ਔਰਤ ਨੂੰ ਕੀ ਖਾਸ ਬਣਾਉਂਦਾ ਹੈ? ਜਦੋਂ ਤੁਸੀਂ ਵਿਦਵਾਨਾਂ ਨੂੰ ਜਾਂ ਵੱਡਿਆਂ ਸ਼ਾਇਰਾਂ ਨੂੰ ਪੜ੍ਹਦੇ ਹੋ, ਬੇਸ਼ੱਕ ਗੁਰਬਾਣੀ ਨੂੰ ਲੈ ਲਓ, ਉਹਦੇ ਵਿੱਚ ਜਿਹੜੇ ਰੁਤਬੇ ਦਿੱਤੇ ਗਏ ਆ ਉਹ ਜਗ ਜਨਨੀ ਦੇ ਆ, ਜਿਹਦੇ ਤੋਂ ਤਮਾਮ ਦੁਨੀਆ ਪੈਦਾ ਹੁੰਦੀ ਹੈ, ਚੱਲਦੀ ਹੈ, ਜਿਹਦੇ ਹੱਥਾਂ 'ਚ ਖੇਡਦੀ ਹੈ, ਜਿਹਦੇ ਗਲ ਨਗਰ ਆਉਂਦੀ ਹੈ। ਔਰ ਇਹ ਖੂਬੀ ਮੇਰੇ ਖਿਆਲ 'ਚ ਇਸ ਜਹਾਨ 'ਚ ਇਸ ਧਰਤੀ 'ਤੇ ਕਿਸੇ ਹੋਰ ਦੇ ਹਿੱਸੇ ਨਹੀਂ ਆਈ। ਕਾਫੀ ਲੋਕ ਲਿਖਦੇ ਆ ਕਿ ਰੱਬ ਦਾ ਦੂਜਾ ਨਾਂ ਹੈ ਇਮਾਂ, ਜਾਂ ਔਰਤ ਦੇ ਜਿੰਨੇ ਵੀ ਰੂਪ ਨੇ ਉਹ ਹਮੇਸ਼ਾ ਤੁਹਾਡੇ ਇੱਕ ਜਿਵੇਂ ਸਹਾਰਾ ਦੇਣ ਵਾਲੇ ਹੁੰਦੇ ਆ ਹਰ ਇੱਕ ਚੀਜ਼ ਨੂੰ, ਜਿਵੇਂ ਕਿਸੇ ਚੀਜ਼ ਨੂੰ ਲੈ ਕੇ ਕਿਸੇ ਨੇ ਸਾਂਭ ਕੇ ਚੱਲਣਾ ਹੋਵੇ ਅਤੇ ਮੁਕਾਮ 'ਤੇ ਪਹੁੰਚਣਾ ਹੋਵੇ। ਸੋ ਮੇਰੀ ਨਜ਼ਰ ਦੇ ਵਿੱਚ ਔਰਤ ਦਾ
ਇਹ ਫਰਕ ਜ਼ਿਆਦਾ ਮੇਰੀ ਤੇ ਤਾਰੀ ਰਹੇ। ਅੱਛਾ, ਤੁਸੀਂ ਰਾਣੀ ਬ੍ਰੈਸਟ ਕੈਂਸਰ ਟਰੱਸਟ ਜਿਹੜੇ ਕਿ ਐਨ ਜੀ ਓ ਹੈ, ਇਹਦੇ ਨਾਲ ਕਿਸ ਤਰ੍ਹਾਂ ਜੁੜੇ ਅਤੇ ਤੁਹਾਡੀ ਕੀ ਕਨਵਿਕਸ਼ਨ ਹੈ, ਤੁਹਾਡਾ ਕੀ ਵਿਸ਼ਵਾਸ ਹੈ ਕਿ ਤੁਸੀਂ ਇਹਦੇ ਨਾਲ ਕਿਉਂ ਜੁੜੇ ਹੋ? ਰਾਣੀ ਬ੍ਰੈਸਟ ਕੈਂਸਰ ਸਫੀਨਾ ਸੰਧੂ ਜੀ ਨੇ ਅਪਰੋਚ ਨਹੀਂ ਕਹਿਣਾ ਚਾਹੀਦਾ, ਮੈਨੂੰ ਹੁਕਮ ਹੀ ਕੀਤਾ ਬੇਸਿਕਲੀ। ਸੋ ਉਹ ਕਹਿੰਦੇ ਕਿ ਅਸੀਂ ਪਿਛਲੇ 4 ਸਾਲ ਤੋਂ ਇੱਕ ਕੌਜ਼ ਲੈ ਕੇ ਚੱਲੇ ਹੋਏ ਹਾਂ, ਹਰ ਸਾਲ ਉਹ ਕੁਝ ਨਾ ਕੁਝ ਇੱਕ ਉਹਦੀ ਦਿਨ ਮੁਕਰਰ ਕਰਕੇ ਉੱਥੇ ਕੋਈ ਸ਼ੋਅ ਹੁੰਦਾ ਜਾਂ ਮਹਿਫਿਲ ਹੁੰਦੀ ਜਾਂ ਕੁਛ ਹੁੰਦਾ, ਬਹੁਤ ਵੱਡੇ ਵੱਡੇ ਫਨਕਾਰਾਂ ਨੇ ਉੱਥੇ ਪਰਫੋਰਮ ਕਰ ਚੁੱਕੇ, ਇਸ ਵਾਰੀ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਓ। ਸੋ ਇਹ ਮੇਰੇ ਲਈ ਬੜੇ ਵੱਡੇ ਭਾਗ ਦੀ ਗੱਲ ਸੀ ਕਿ ਜਿੱਥੇ ਐਸੇ ਫਨਕਾਰਾਂ ਨੇ ਜਿਸ ਮੰਚ 'ਤੇ ਜਿਨ੍ਹਾਂ ਦੇ ਨਾਲ ਜੁੜ ਕੇ ਪਰਫੋਰਮ ਕੀਤਾ, ਸੋ ਮੈਨੂੰ ਵੀ ਉਸ ਕਤਾਰ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ, ਪਹਿਲੀ ਗੱਲ ਇਹ ਸੀ। ਦੂਜਾ ਗੱਲ ਸੀਗਾ ਕਿ ਉਹਨਾਂ ਦਾ ਕੰਮ ਬੇਸਿਕਲੀ ਜਿਹੜੇ ਇਸ ਰੀਜ਼ਨ ਦੇ ਬ੍ਰੈਸਟ ਕੈਂਸਰ ਦੇ ਪੇਸ਼ੈਂਟਸ ਨੇ ਖਾਸ ਤੌਰ 'ਤੇ, ਜਾਂ ਜਿਨ੍ਹਾਂ ਦੀ ਅਰਲੀ ਡਿਟੈਕਸ਼ਨ ਦੇ ਲਈ ਜ਼ਰੂਰਤ ਆ, ਜਾਂ ਜਿਨ੍ਹਾਂ ਨੂੰ ਤੁਸੀਂ ਅਵੇਅਰਨੈਸ ਦੇਣੀ ਆ ਖਾਸ ਤੌਰ 'ਤੇ, ਇਹ ਉਹ ਕੰਮ ਕਰ ਰਹੇ ਆ, ਉਹਨਾਂ ਦੀ ਇੱਕ ਟੀਮ ਆ ਸਾਰੀ। ਅਤੇ ਮੈਨੂੰ ਲੱਗਦਾ ਸੀਗਾ ਕਿ ਔਰਤ ਦਾ ਜੇਕਰ ਤੁਸੀਂ ਕਿਸੇ ਤਰੀਕੇ ਨਾਲ ਸੇਵਾ ਕਰ ਸਕਦੇ ਹੋ ਤਾਂ ਇਹ ਉਸਦੀ ਸਭ ਤੋਂ ਨਜ਼ਦੀਕੀ ਧਿਰ ਹੈਗੀ ਹੈ ਜਿਹਦੇ ਨਾਲ ਤੁਸੀਂ ਜੁੜ ਕੇ ਸ਼ਾਇਦ ਤੁਹਾਡਾ ਕਿਤੇ ਲੇਖੇ ਲੱਗ ਜਾਏ ਪਰਮਾਤਮਾ ਦੀ ਦਰਗਾਹ ਦੇ ਵਿੱਚ। ਸੋ ਮੈਂ ਇਮੀਡੀਏਟ ਉਹਨਾਂ ਨੂੰ ਇਹ ਹਾਮੀ ਭਰੀ, ਹਾਲਾਂਕਿ ਅਸੀਂ ਅਮੈਰੀਕਾ ਟੂਰ 'ਤੇ ਜਾਣਾ ਸੀ ਅਤੇ ਉੱਥੋਂ ਵਾਪਸ ਆਉਂਦੇ, ਉੱਥੇ ਸ਼ੋਅ ਜ਼ਿਆਦਾ ਵੱਧ ਗਏ ਥੋੜ੍ਹੇ ਜਿਹੇ, 17 ਸ਼ੋਅਜ਼ ਅਸੀਂ ਕਰਕੇ ਆਏ ਹਾਂ, ਪਹਿਲਾਂ 15 ਸੀਗੇ, 2 ਸ਼ੋਅ ਅਤੇ ਹਫ਼ਤਾ ਲੇਟ ਹੋਏ, ਇਸ ਕਰਕੇ ਅਸੀਂ 1 ਅਕਤੂਬਰ ਨੂੰ ਨਹੀਂ ਆ ਸਕੇ। ਫਿਰ ਕੱਲ੍ਹ 17 ਅਕਤੂਬਰ ਦਾ ਸ਼ੋਅ ਮੁਕਰਰ ਕੀਤਾ, ਜਿਹੜਾ ਕਿ ਅਸੀਂ ਪਿਓਰਲੀ ਚੈਰਿਟੀ ਦੇ ਕਰ ਰਹੇ ਹਾਂ, ਤਾਂ ਜੋ ਵੀ ਉਸਦੇ ਵਿੱਚੋਂ 300 ਰੁਪਏ ਇਕੱਠੀ ਹੋਵੇਗੀ ਉਹ ਉਸ ਸਵਾਬ ਦੇ ਕੰਮ ਵਿੱਚ ਲਾਉਣਗੇ। ਜੀ, ਇਹ ਜਿਹੜਾ ਟਰੱਸਟ ਹੈ ਇਹ ਸ਼ਹਿਰ ਸ਼ਹਿਰ 'ਚ ਔਰ ਪਿੰਡਾਂ ਵਿੱਚ ਜਾ ਕੇ ਇਹਨੂੰ ਇਹ ਅਵੇਅਰਨੈਸ ਕਰਦੇ ਹੈ, ਔਰਤਾਂ ਨੂੰ ਕਾਫੀ ਅਵੇਅਰ ਕਰਦੇ ਹੈ। ਤੁਸੀਂ ਆਪਣੇ ਦੌਰਿਆਂ 'ਚ ਯੂਨੋ ਤੁਸੀਂ ਆਫਕੋਰਸ ਪੂਰੇ ਇੰਡੀਆ ਪੂਰੇ ਪੰਜਾਬ ਵਿੱਚ ਤੁਸੀਂ ਕੌਨਸਰਟ ਕਰਦੇ ਹੋ, ਤੁਸੀਂ ਪਰਫੋਰਮ ਕਰਦੇ ਹੋ ਐਂਡ ਯੂ ਗੋ ਅਬਰੋਡ ਆਲਸੋ, ਤੁਹਾਡੇ ਹਿਸਾਬ ਨਾਲ ਸਾਡੇ ਇੰਡੀਆ 'ਚ ਖਾਸ ਕਰਕੇ ਇਸ ਰੀਜਨ 'ਚ ਤੁਹਾਡੀ ਕੀ ਓਬਜ਼ਰਵੇਸ਼ਨ ਹੈ ਕਿ ਔਰਤਾਂ ਆਪਣਾ ਕਿੰਨਾ ਕੁ ਖਿਆਲ ਰੱਖਦੀਆਂ ਜਾਂ ਕਿੰਨਾ ਕੁ ਰੱਖਣਾ ਚਾਹੀਦਾ ਉਹਨਾਂ ਨੂੰ? ਮੈਨੂੰ ਪਹਿਲਾਂ ਇਸ ਬਾਰੇ ਜ਼ਿਆਦਾ ਵਾਕਫੀਅਤ ਨਹੀਂ ਸੀ, ਸਿਰਫ ਹੁਣ ਉਹਨਾਂ ਨਾਲ ਜੁੜ ਕੇ ਪਤਾ ਲੱਗਾ ਕਿ ਤਕਰੀਬਨ ਸਭ ਨੂੰ 40 ਈਅਰ ਦੀ ਏਜ ਤੱਕ ਤਾਂ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ, ਜੇਕਰ ਅਰਲੀ ਕਰਵਾ ਲਓ ਤਾਂ ਬਿਹਤਰ ਗੱਲ ਆ। ਅਤੇ ਇਹ ਸ਼ਾਇਦ ਕਹਿੰਦੇ ਜ਼ਿਆਦਾ ਫੈਲ ਵੀ ਰਿਹਾ, ਉਹਨਾਂ ਨੇ ਜਿੱਦਾਂ ਉਹ PGI ਜਾਂਦੇ ਨੇ ਜਾਂ ਉੱਥੋਂ ਉਹਨਾਂ ਨੂੰ ਹਿਮਾਚਲ ਦੇ ਕੁਛ ਲੋਕ ਮਿਲਦੇ ਆ ਜਿਹੜੇ ਕਿ ਰਿਮੋਟ ਏਰੀਆ ਤੋਂ ਆਉਂਦੇ ਆ, ਜਿਹਨਾਂ ਨੂੰ ਪਤਾ ਲੱਗਦਾ ਬਾਅਦ 'ਚ ਅਤੇ ਲੇਟ ਹੋਏ ਹੁੰਦੇ ਆ, ਜਾਂ ਹਰਿਆਣਾ ਵਿੱਚ ਬਹੁਤ ਜ਼ਿਆਦਾ ਕੰਮ ਕਰਦੇ ਆ ਉਹ, ਚਾਹੇ ਟ੍ਰਾਈ ਸਿਟੀ ਜਾਂ ਸਾਰੇ ਪੰਜਾਬ ਦੇ ਵਿੱਚ, ਉਹ ਕਹਿ ਰਿਹਾ ਕਿ ਹੁਣ ਇਸ ਚੀਜ਼ ਦੇ ਕਾਫੀ ਜ਼ਿਆਦਾ ਕੇਸਿਸ ਆ ਰਹੇ ਆ। ਤੋਂ ਜੇਕਰ ਕਿਉਂਕਿ ਇਹ ਐਸੀ ਲਾਇਲਾਜ ਬਿਮਾਰੀਆਂ ਨੇ ਇਹ, ਜਿਨ੍ਹਾਂ ਤੋਂ ਮੈਂ ਕਹਿੰਦਾ ਹੁੰਦਾ ਕਿ ਇਲਾਜ ਨਾਲੋਂ ਪਰਹੇਜ਼ ਚੰਗਾ, ਜੇਕਰ ਤੁਹਾਨੂੰ ਵਕਤ ਸਿਰ ਉਸ ਚੀਜ਼ ਦਾ ਪਤਾ ਲੱਗ ਜਾਏ, ਇਲਮ ਹੋ ਜਾਏ, ਤਾਂ ਉਹ ਸੰਭਾਲਿਆ ਜਾ ਸਕਦਾ। ਸੋ ਇਸ ਗੱਲ ਕਰਕੇ ਕਾਫੀ ਉਹਨੇ ਦੱਸਿਆ ਸੀਗਾ ਕਿ ਤਕਰੀਬਨ 2000 ਔਰਤਾਂ ਦੇ ਉਹ ਟੈਸਟ ਕਰਵਾ ਚੁੱਕੇ ਆ ਜਾਂ ਕਈਆਂ ਦੇ ਇਲਾਜ ਚੱਲ ਰਹੇ ਆ, ਜਿਹਦੇ ਕਰਕੇ ਉਹਨਾਂ ਨੇ ਉੱਦਮ ਕੀਤਾ। ਅਤੇ ਤੁਸੀਂ ਜਿੱਦਾਂ ਜਾਣਦੇ ਹੋ ਕਿ ਬਠਿੰਡਾ ਜਿਹੜੀ ਬੈਲਟ ਆ ਉੱਥੇ ਤਾਂ ਸਪੈਸ਼ਲੀ ਟ੍ਰੇਨ ਚੱਲੀ ਆ, ਅਤੇ ਪਹਿਲਾਂ ਵੀ ਅਸੀਂ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਅਸੀਂ ਅਫਸਾਨੇ ਸਰਤਾਜ ਦੀ ਰਿਲੀਜ਼ ਕੀਤੀ ਸੀ, ਉਹਦੀ ਜਿਹੜੀ ਓਰਿਜਨਲ CD ਦੀ ਸੇਲ ਦੇ ਵਿੱਚੋਂ ਕੁਛ ਹਿੱਸਾ ਅਸੀਂ UV ਕੈਨੇਡਾ ਯੁਵਰਾਜ ਸਿੰਘ ਉਹਨਾਂ ਨੇ ਕੈਂਸਰ ਸੁਸਾਇਟੀ ਸ਼ੁਰੂ ਕੀਤੀ, ਉਹਨਾਂ ਨੂੰ ਅਸੀਂ ਦਿੰਦੇ ਹਾਂ। ਔਰ ਉਹ ਵੀ ਇਹ ਸੀਗਾ ਕਿਉਂਕਿ ਇਹ ਐਸੀਆਂ ਬਿਮਾਰੀਆਂ ਨੇ ਜਿਨ੍ਹਾਂ ਦਾ ਸਿਰਫ ਪਰਹੇਜ਼ ਕੀਤਾ ਜਾ ਸਕਦਾ, ਜਿਨ੍ਹਾਂ ਬਾਰੇ ਜਲਦੀ ਪਤਾ ਕਰਕੇ ਹੀ ਇਹਨਾਂ ਨੂੰ ਤੁਸੀਂ ਇਹਨਾਂ 'ਤੇ ਕਾਬੂ ਪਾ ਸਕਦੇ ਹਾਂ। ਸੋ ਇਹ ਵੀ ਐਸਾ ਹੀ ਇੱਕ ਸਬਾਬ ਦਾ ਕੰਮ ਆ ਜਿਹਦੇ ਵਿੱਚ ਰਾਣੀ ਬ੍ਰੈਸਟ ਕੈਂਸਰ ਨੇ ਬਹੁਤ ਵੱਡਾ ਉਹਨਾਂ ਦਾ ਹੱਥ ਆ, ਔਰ ਉਹ ਦਿਨ ਰਾਤ ਇਸ ਉੱਦਮ 'ਚ ਲੱਗੇ ਰਹਿੰਦੇ ਆ। ਮੈਂ ਸਾਰਿਆਂ ਨੂੰ ਇਹੀ ਦਰਖਾਸਤ ਕਰਦਾ ਕਿ ਜੋ ਵੀ ਕੋਈ ਇਸ ਚੀਜ਼ ਦੇ ਵਿੱਚ ਸ਼ਾਮਿਲ ਹੋ ਸਕਦਾ ਇਸ ਸਫ਼ਰ ਵਿੱਚ, ਸੋ ਜ਼ਰੂਰ ਉਹ ਆਉਣ ਅਤੇ ਇਸ 'ਚ ਕੰਮ ਕਰਨ। ਅੱਛਾ, ਯੂ ਨੋ ਕੌਨਸਰਟ ਤਾਂ ਹੈ, ਮਤਲਬ ਜੇ ਕੌਨਸਰਟ ਕੀਤਾ ਓਬਵੀਅਸਲੀ ਤੁਹਾਡਾ ਨਾਮ ਸੁਣ ਕੇ ਤੁਸੀਂ ਜਿਸ ਤਰ੍ਹਾਂ ਦੇ ਆਰਟਿਸਟ ਹੋ ਓਬਵੀਅਸਲੀ ਬਹੁਤ ਸਾਰੇ ਆਈ ਐਮ ਸ਼ੋਰ ਟੈਗੋ ਥੀਏਟਰ ਗੋਇੰਗ ਟੂ ਬੀ ਫੁੱਲ ਟੁਮਾਰੋ, ਲੇਕਿਨ ਇਸ ਤੋਂ ਇਲਾਵਾ ਇਸ ਪੱਖ ਤੋਂ ਵੀ ਔਰ ਹੋਰ ਕਿਸੇ ਹੋਰ ਤਰੀਕੇ ਨਾਲ ਵੀ ਤੁਹਾਨੂੰ ਕੀ ਲੱਗਦਾ ਕਿ ਹਾਊ ਡੂ ਯੂ ਥਿੰਕ ਇੱਕ ਸੈਲੀਬ੍ਰਿਟੀ ਹੋਣ ਦੇ ਨਾਤੇ ਤੁਸੀਂ ਇੱਕ ਪਬਲਿਕ ਕੌਨਸ਼ੀਅਸਨੈਸ ਸੋਸ਼ਲ ਕੌਨਸ਼ੀਅਸਨੈਸ ਕਿਸ ਤਰ੍ਹਾਂ ਚੇਂਜ ਕਰ ਸਕਦੇ ਹੋ? ਤੁਸੀਂ ਕਿਸ ਤਰ੍ਹਾਂ ਕਿਸੇ ਨੂੰ ਇਹੋ ਜਿਹੀ ਬਿਮਾਰੀ ਦੇ ਜਾਣਕਾਰ ਮਤਲਬ ਬਣਾ ਸਕਦੇ ਹੋ? ਮੈਂ ਛੋਟਾ ਜਿਹਾ ਤੁਹਾਡਾ ਵਾਕਿਆ ਸਾਂਝਾ ਕਰਦਾ ਕਿ ਨਿਊਯਾਰਕ 'ਚ ਇੱਕ ਮੇਰੀ ਇੰਟਰਵਿਊ ਚੱਲ ਰਹੀ ਸੀ, ਟੈਲੀਵਿਜ਼ਨ 'ਤੇ ਲਾਈਵ ਚੱਲ ਰਹੀ ਆ, ਉੱਥੇ ਉਹ ਕਾਲਸ ਵੀ ਲੈਂਦੇ ਆ।
ਸੋ 80% ਕਾਲਸ ਜਿਹੜੀਆਂ ਸੀਗੀਆਂ ਉਹ ਮੈਨੂੰ ਲੋਕ ਐਂ ਕਰਦੇ ਸੀ ਤੁਸੀਂ ਇੱਦਾਂ ਕਰਿਆ ਕਰੋ, ਲੋਕਾਂ ਨੂੰ ਇਹ ਸਮਝਾਇਆ ਕਰੋ, ਇਹ ਦੱਸਿਆ ਕਰੋ, ਇਹ ਕਰਿਆ ਕਰੋ। ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਮੈਂ ਕੋਈ ਪੋਲੀਟੀਕਲ ਫਿਗਰ ਨਹੀਂ ਹਾਂ ਜਿਹਦਾ ਲੋਕ ਕਹਿਣਾ ਮੰਨਣਗੇ ਜਾਂ ਜਿਹਨਾਂ ਨੂੰ ਲੋਕ ਇਕੱਠੇ ਹੋ ਕੇ ਜਿਹੜੇ ਇਸ ਕੰਮ ਲਈ ਬੋਲਦੇ ਆ। ਮੈਂ ਕਿਹਾ ਜੀ ਮੈਂ ਤਾਂ ਸਿਰਫ ਹੋ ਸਕਦਾ ਸਟੇਜ 'ਤੇ ਬੋਲਦਾ, ਲੋਕਾਂ ਨੇ ਕਹਿਣਾ ਇਹ ਤਾਂ ਗੀਤ ਗਾਉਂਦਾ, ਇਹ ਸਾਨੂੰ ਸੁਜੈਸ਼ਨ ਕਿੱਥੋਂ ਦੇਣ ਲੱਗ ਗਿਆ। ਅਤੇ ਪਰ ਉਹਨਾਂ ਨੂੰ ਮੇਰੇ 'ਤੇ ਇੰਨਾ ਇਤਬਾਰ ਸੀ ਕਿ ਜੇ ਤੁਸੀਂ ਕਹੋਗੇ ਤਾਂ ਲੋਕ ਸ਼ਾਇਦ ਮੰਨਣਗੇ। ਸੋ ਉਹਨਾਂ ਨੇ ਮੈਨੂੰ ਇਹ ਮਾਣ ਦਿੱਤਾ ਅਤੇ ਮੈਂ ਫਿਰ ਮਹਿਸੂਸ ਕੀਤਾ ਕਿ ਸ਼ਾਇਦ ਜੇਕਰ ਮੈਂ ਹਰ ਸਟੇਜ 'ਤੇ, ਜਿਵੇਂ ਕੱਲ੍ਹ ਸਾਡਾ ਕਰਨਾਲ ਸ਼ੋਅ ਸੀ, ਹੁਣ ਕੱਲ੍ਹ ਚੰਡੀਗੜ੍ਹ, ਪਰਸੋਂ ਪਾਉਂਟਾ ਸਾਹਿਬ, ਹਿਮਾਚਲ ਪ੍ਰਦੇਸ਼, ਆ ਤਿੰਨੋਂ ਸਟੇਟਸ ਅਸੀਂ 3 ਦਿਨ ਲਗਾਤਾਰ ਜਾ ਰਹੇ ਹਾਂ। ਸੋ ਜੇਕਰ ਉੱਥੇ ਮੈਂ ਸੋਚਦਾ ਕਿ ਜੇਕਰ ਅਸੀਂ ਕਹੀਏ, ਬੇਸ਼ੱਕ ਚੱਲਦਿਆਂ ਗੀਤਾਂ ਦੇ ਵਿੱਚ ਕੋਈ ਵੀ ਐਸਾ ਕੁਛ ਲਫ਼ਜ਼ ਹੋਵੇ, ਕੋਈ ਸ਼ੇਅਰ ਹੋਵੇ, ਕੋਈ ਗੀਤ ਹੋਵੇ ਜਿਹੜਾ ਤੁਸੀਂ ਉਸ ਬਾਰੇ ਗਾ ਕੇ ਇੱਕ ਵਾਰੀ ਜ਼ਰੂਰ ਲੋਕਾਂ ਤੱਕ ਪਹੁੰਚਾ ਦਿਓ। ਉਹ ਕਹਿਣਗੇ ਯਾਰ ਸਰਤਾਜ ਆਇਆ ਸੀ, ਉਹਨੇ ਇੱਦਾਂ ਕਿਹਾ ਸੀ, ਕੀ ਹੁੰਦਾ ਇਹਦੇ ਬਾਰੇ ਸੋਚਣਾ। ਜੇਕਰ ਛੋਟੀ ਜਿਹੀ ਵੀ ਚਿਣਕ ਸ਼ੁਰੂ ਹੋ ਜਾਏ, ਉੱਥੋਂ ਹੀ ਉਹ ਅੱਗ ਬਣਨੀ ਹੈ, ਤਾਂ ਉਹਨੇ ਹੀ ਸਾਰਾ ਕੁਛ ਮੇਰੇ ਖਿਆਲ ਬਚਾ ਸਕਦੀ ਹੈ, ਇਸ ਬਿਮਾਰੀ ਨੂੰ ਜਿਹੜਾ ਖਤਮ ਕਰ ਸਕਦੀ। ਬਿਲਕੁਲ, ਖਾਸ ਕਰਕੇ ਤੁਹਾਡੇ ਵਰਗਾ ਆਰਟਿਸਟ ਜੋ ਤੁਹਾਡੀ ਰੀਚ ਹੈਗੀ ਰੂਰਲ ਏਰੀਆਜ਼ ਵਿੱਚ, ਪੰਜਾਬ ਦੇ ਇੱਕਦਮ ਇੰਟੀਰੀਅਰਸ ਵਿੱਚ, ਜਿੱਥੇ ਲੋਕ ਸ਼ਾਇਦ ਪੜ੍ਹਦੇ ਵੀ ਨਹੀਂ, ਅਖਬਾਰਾਂ ਵੀ ਨਹੀਂ ਪੜ੍ਹਦੇ, ਮੈਗਜ਼ੀਨਸ ਵੀ ਨਹੀਂ ਪੜ੍ਹਦੇ। ਸੋ ਓਬਵੀਅਸਲੀ ਇੱਕ ਆਰਟਿਸਟ ਦੀ ਸ਼ਾਇਦ ਉੱਥੇ ਰਿਸਪੋਂਸਿਬਿਲਿਟੀ ਹੋਰ ਵੀ ਸਟਰੋਂਗ ਹੋ ਜਾਂਦੀ ਹੈ, ਇੱਕ ਸੋਸ਼ਲ ਰਿਸਪੋਂਸਿਬਿਲਿਟੀ। ਇਹ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਜਿੱਥੇ ਐਜੂਕੇਸ਼ਨ ਦੀ ਕਮੀ ਆ, ਉੱਥੇ ਚੀਜ਼ਾਂ ਜ਼ਿਆਦਾ ਫੈਲੀਆਂ ਹੋਈਆਂ, ਜਾਂ ਲੋਕਾਂ ਨੂੰ ਪਤਾ ਨਹੀਂ ਆ, ਜਾਂ ਲੋਕ ਦੱਸਦੇ ਨਹੀਂ। ਮੈਨੂੰ ਹੁਣੇ ਪਤਾ ਲੱਗਿਆ ਸੀਗਾ ਕਿ ਹਿਮਾਚਲ ਦੇ ਵਿੱਚ ਖਾਸ ਤੌਰ 'ਤੇ ਕਈ ਜਗ੍ਹਾ ਐਸੇ ਪਿੰਡ ਜਾਂ ਉਹ ਨੇ ਜਿੱਥੇ ਕਹਿੰਦੇ ਆ ਕਿ ਜੇਕਰ ਕਿਸੇ ਨੂੰ ਪਤਾ ਲੱਗ ਜਾਏ ਕਿ ਇਸ ਘਰ 'ਚ ਕਿਸੇ ਨੂੰ ਕੈਂਸਰ ਆ ਜਾਂ ਔਰਤ ਨੂੰ, ਉਹ ਉਹਨਾਂ ਦੀ ਕੁੜੀ ਦੇ ਨਾਲ ਸ਼ਾਦੀ ਨਹੀਂ ਕਰਦੇ ਕਿ ਸ਼ਾਇਦ ਜੈਨੇਟਿਕਲੀ, ਹਾਲਾਂਕਿ ਸਿਰਫ 5% ਹੁੰਦਾ ਕਹਿੰਦੇ, ਪਰ ਇਹ ਚੀਜ਼ਾਂ ਹੈਗੀਆਂ ਨੇ। ਉਹ ਬੇਸਿਕਲੀ ਅਨਐਜੂਕੇਸ਼ਨ ਕਰਕੇ ਹੀ ਆ। ਜੇਕਰ ਲੋਕਾਂ ਨੂੰ ਇਹ ਪਤਾ ਲੱਗਣਾ ਸ਼ੁਰੂ ਹੋ ਜਾਵੇ ਕਿ ਜੈਨੇਟਿਕ ਨਹੀਂ ਹੁੰਦਾ, ਇਹ ਸਿਰਫ ਬਾਏ ਚਾਂਸ ਆ ਕਿਤੇ, ਔਰ ਜੇਕਰ ਇਸ ਨੂੰ ਸੰਭਾਲ ਲਿਆ ਜਾਵੇ ਤਾਂ ਇਹ ਮਤਲਬ ਐਸਾ ਨਹੀਂ ਹੈਗਾ ਕਿ ਜਨਰੇਸ਼ਨ ਦਰ ਜਨਰੇਸ਼ਨ ਇਹ ਕੈਰੀ ਆਊਟ ਹੋਣੀ ਹੈ। ਅੱਛਾ, ਤੁਸੀਂ ਹੁਣ ਇਸ ਕੌਜ਼ ਦੇ ਬ੍ਰਾਂਡ ਅੰਬੈਸਡਰ ਹੀ ਬਣ ਗਏ ਹੋ ਤੁਸੀਂ ਰਾਣੀ ਬ੍ਰੈਸਟ ਕੈਂਸਰ ਦੇ। ਆਫਕੋਰਸ ਕੈਂਸਰ ਐਜ਼ ਅ ਡਿਜ਼ੀਜ਼ ਇਟਸੈਲਫ ਇਜ਼ ਵਨ ਆਫ ਦਾ ਬਿਗੈਸਟ ਕਿਲਰਸ, ਮਤਲਬ ਸਾਡੀ ਸਮਾਜ ਵਿੱਚ ਅੱਜ ਕੱਲ੍ਹ ਦੀ ਮਾਡਰਨ ਲਿਵਿੰਗ ਜਿਹੜੀ ਸਟ੍ਰੈਸਫੁਲ ਹੈ ਬਹੁਤ ਜ਼ਿਆਦਾ, ਉਹਦੇ ਕਾਰਨ ਕੈਂਸਰ ਕਾਰਸੀਨੋਜੈਨਿਕ ਏਜੰਟਸ ਹਰ ਪਾਸੇ ਹੈ, ਅਤੇ ਕੈਂਸਰ ਵੈਸੇ ਹੀ ਵੱਧ ਰਿਹਾ ਹਰ ਪਾਸੇ ਹਰ ਤਰ੍ਹਾਂ ਦਾ। ਕਿਉਂਕਿ ਤੁਸੀਂ ਬ੍ਰਾਂਡ ਅੰਬੈਸਡਰ ਹੋ, ਇਹਦਾ ਮਤਲਬ ਇਹ ਹੈ ਕਿ ਤੁਹਾਡੇ ਤੋਂ ਵੀ ਓਬਵੀਅਸਲੀ ਐਕਸਪੈਕਟ ਕੀਤਾ ਜਾਂਦਾ ਹੈ ਕਿ ਤੁਸੀਂ ਵੀ ਆਪਣੇ ਬਿਹੇਵੀਅਰ 'ਚ ਜਾਂ ਆਪਣੀ ਲਾਈਫ ਸਟਾਈਲ ਵਿੱਚ ਕੁਝ ਫਰਕ ਲਿਆਓ। ਹਾਂਜੀ, ਸੋ ਉਹਦਾ ਪ੍ਰੈਸ਼ਰ ਤੁਹਾਨੂੰ ਮਹਿਸੂਸ ਹੁੰਦਾ ਕਿ ਤੁਸੀਂ ਜਿਹੜੇ ਵੀ ਕੌਜ਼ਸ ਨੂੰ ਕਰਦੇ ਹੋ ਇੰਡੋਰਸ? ਬਹੁਤ ਸਾਰੇ ਕੌਜ਼ਸ, ਖਾਸ ਤੌਰ 'ਤੇ ਪੰਜਾਬ ਦੇ ਵਿੱਚ, ਜਿਵੇਂ ਸਾਨੂੰ ਅਪਰੋਚ ਵੀ ਹੁੰਦੀ ਆ ਜਾਂ ਕਿਹਾ ਵੀ ਜਾਂਦਾ। ਮੈਂ ਪਿੱਛੇ ਜੇ ਤੁਹਾਨੂੰ ਦੱਸਦਾ ਕਿ ਇੰਡੀਅਨ ਹਾਕੀ, ਜਿਵੇਂ ਕਿ ਇੱਕ ਸਾਡੀ ਇੱਕ ਕਹਿੰਦੇ ਹੁੰਦੇ ਘਰੇਲੂ ਖੇਡ ਆ, ਲੁਧਿਆਣੇ ਹਰ ਸਾਲ ਉਹਨਾਂ ਦਾ ਟੂਰਨਾਮੈਂਟ ਹੁੰਦਾ, ਉਹ ਮੈਨੂੰ ਸੱਦਦੇ ਆ ਅਤੇ ਉਹਨਾਂ ਨੇ ਉਹ ਕਹਿੰਦੇ ਕਿ ਤੁਸੀਂ ਸਾਨੂੰ ਰੀਪ੍ਰਜੈਂਟ ਕਰੋ, ਅਤੇ ਉਹਨਾਂ ਦੇ ਨਾਲ ਅਸੀਂ ਜਾਂਦੇ ਰਹਿੰਦੇ ਹਾਂ। ਉਸ ਤੋਂ ਇਲਾਵਾ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪਲਾਂਟਸ ਦੇ ਲਈ, ਖਾਸ ਤੌਰ 'ਤੇ ਰੁੱਖਾਂ ਦੇ ਲਈ ਉਹਨਾਂ ਨੇ ਕੰਪਨੀਸ਼ਨ ਬਣਾਈ ਆ, ਅਸੀਂ ਉਹਨਾਂ 'ਤੇ ਵੀ ਮੈਨੂੰ ਜਦੋਂ ਵੀ ਵਕਤ ਮਿਲਦਾ ਉਹਦੇ ਲਈ ਕਰਦੇ ਰਹਿੰਦੇ ਹਾਂ, ਔਰ ਜੋ ਵੀ ਕਹਿੰਦਾ ਮੈਂ ਤੁਹਾਨੂੰ ਦੱਸਿਆ। ਔਰ ਇਹ ਰਾਣੀ ਬ੍ਰੈਸਟ ਕੈਂਸਰ ਦੇ ਲਈ ਇਹ ਜਿਹੜੇ ਕੌਜ਼ਸ ਆ, ਜਿਨ੍ਹਾਂ ਬਾਰੇ ਸਾਡੇ ਵਰਗੇ ਬੇਲਮੀ ਬੰਦਿਆਂ ਨੂੰ ਜ਼ਿਆਦਾਤਰ ਘੱਟ ਬਹੁਤ ਘੱਟ ਪਤਾ ਹੁੰਦਾ, ਕਿਉਂਕਿ ਪਰ ਤੁਹਾਨੂੰ ਵੀ ਕਿਸੇ ਨਾ ਕਿਸੇ ਕੋਈ ਸੂਝਵਾਨ ਬੰਦਾ ਜਦੋਂ ਆ ਕੇ ਦੱਸਦਾ ਕਿ ਇਹ ਇਹੋ ਜਿਹੀ ਚੀਜ਼ ਆ, ਤੁਸੀਂ ਲੋਕ ਜਿਹੜੇ ਰੀਪ੍ਰਜੈਂਟ ਕਰਦੇ ਹੋ ਕਲਚਰ ਨੂੰ ਕਿਸੇ ਸੂਬੇ ਦੇ ਨੂੰ, ਤੁਸੀਂ ਜੇਕਰ ਕਹੋਗੇ ਕਿ ਉਹਦਾ ਜ਼ਿਆਦਾ ਅਸਰ ਹੋ ਸਕਦਾ। ਸੋ ਇਸ ਕਰਕੇ ਜਦੋਂ ਸਾਨੂੰ ਪਿੱਛੋਂ ਤਿਆਰ ਹੋ ਕੇ ਸਟੇਜ 'ਤੇ ਭੇਜਿਆ ਜਾਂਦਾ ਕਿ ਤੁਸੀਂ ਜੇਕਰ ਇਸ ਸਿਲਸਿਲੇ 'ਚ ਗੱਲ ਕਰੋ ਅਤੇ ਗੱਲ ਵੱਧ ਸਕਦੀ ਹੈ ਅਤੇ ਫਾਇਦਾ ਹੋ ਸਕਦਾ, ਸੋ ਉਸ ਗੱਲ ਨੂੰ ਅਸੀਂ ਮੱਦੇਨਜ਼ਰ ਰੱਖਦੇ ਹੋਏ ਇਹ ਕੋਸ਼ਿਸ਼ ਕਰਦੇ ਵੀ ਰਹੇ ਹਾਂ, ਇਸ ਤੋਂ ਜ਼ਿਆਦਾ ਹੋਰ ਅੱਗੇ ਕਰਦੇ ਰਹਾਂਗੇ ਜਦੋਂ ਵੀ ਤੁਸੀਂ ਮੰਚ 'ਤੇ ਸਟੇਜ 'ਤੇ ਜਾਓ। ਅੱਛਾ, ਇਹ ਜਿਹੜੀ ਐਸੋਸੀਏਸ਼ਨ ਸ਼ੁਰੂ ਹੋਈ ਹੈ ਤੁਹਾਡੀ ਰਾਣੀ ਬ੍ਰੈਸਟ ਕੈਂਸਰ ਟਰੱਸਟ ਦੇ ਨਾਲ, ਇਹ ਤੁਸੀਂ ਇਸ ਕਨਸਰਟ ਤੱਕ ਹੀ ਸੀਮਿਤ ਰਹੀ ਜਾਂ ਅੱਗੇ ਵੀ ਤੁਹਾਡਾ ਕੁਝ ਹੈ? ਨਹੀਂ, ਹਮਸ਼ਹਿਰੀ ਹੋਣ ਦੇ ਸਦਕੇ ਵੀ ਵਾਕਫੀਅਤ ਤਾਂ ਰਹਿੰਦੀ ਆ, ਮਿਲਣਾ ਗਿਲਣਾ ਰਹਿੰਦਾ। ਹਾਲਾਂਕਿ ਆਊਟਸਾਈਡ ਇੰਡੀਆ ਸਾਡੇ ਕੌਂਸਰਟਸ ਬਹੁਤ ਜ਼ਿਆਦਾ ਹੁੰਦੇ, ਅਸੀਂ ਉੱਧਰ ਜ਼ਿਆਦਾ ਮਸਰੂਫ ਹੁੰਦੇ, ਪਰ ਜਦੋਂ ਵੀ ਇੱਥੇ ਆਉਂਦੇ ਹਾਂ ਹਮੇਸ਼ਾ ਇਸ ਕੰਮ ਦੇ ਲਈ ਜੁੜੇ ਰਹਾਂਗੇ, ਕਿਉਂਕਿ ਇੱਕ ਵਾਰੀ ਜੇ ਕਹਿੰਦੇ ਹੁੰਦੇ ਵੀ 1-2 ਮਹੀਨਿਆਂ ਦੀ ਯਾਰੀ ਵੀ ਕੀ ਕਰਨੀ, ਰੋਜ਼ ਰੋਜ਼ ਨਵੀਂ ਦੀ ਤਿਆਰੀ ਵੀ ਕੀ ਕਰਨੀ। ਸੋ ਇਸ ਕਰਕੇ ਮੈਂ ਚਾਹੁੰਦਾ ਕਿ ਸਬੱਬੀ ਕੰਮ ਹੁੰਦੇ ਆ, ਇਹੋ ਜਿਹੀਆਂ ਜਿਹੜੀਆਂ ਸੇਵਾ ਦੇ ਕੰਮ ਆ, ਇਹ ਵੀ ਤੁਹਾਨੂੰ ਪਰਮਾਤਮਾ ਆਪਣੀ ਬਖਸ਼ਿਸ਼ ਕਰਦਾ ਤਾਂ ਹੀ ਹੋ ਸਕਦੇ, ਨਹੀਂ ਤਾਂ ਚਾਹ ਕੇ ਤਾਂ ਸੇਵਾ ਵੀ ਨਹੀਂ ਹੁੰਦੀ। ਬਿਲਕੁਲ, ਸੋਸ਼ਲ ਕੌਨਸ਼ੀਅਸਨੈਸ ਤਾਂ ਵੈਸੇ ਵੀ ਤੁਹਾਡੇ ਗੀਤਾਂ 'ਚ ਹਮੇਸ਼ਾ ਰਹੀ ਹੈ, ਹਰ ਤਰ੍ਹਾਂ ਦੀ। ਹਾਂਜੀ, ਔਰ ਫੈਮਿਨਿਜ਼ਮ ਦੀ ਗੱਲ ਕਰਦੇ ਹਾਂ, ਜਿਵੇਂ ਹੁਣ ਪਹਿਲਾਂ ਤੁਸੀਂ ਹੁਣੇ ਜਿਹੜਾ ਗਾਣਾ ਗਾਇਆ ਜਿਹਦੇ ਨਾਲ ਅਸੀਂ ਗੱਲਬਾਤ ਸ਼ੁਰੂ ਕੀਤੀ ਜੀ, ਆਮ ਜਿਹੜੇ ਗਾਣੇ ਲਿਖੇ ਜਾਂਦੇ ਔਰਤ 'ਤੇ ਘੱਟ ਲਿਖੇ ਜਾਂਦੇ, ਖਾਸ ਕਰ ਪੰਜਾਬ ਵਿੱਚ? ਨਹੀਂ, ਹੁੰਦੇ ਔਰਤ 'ਤੇ ਹੀ ਆ, ਪਰ ਸਿਰਫ ਬਿਊਟੀਫਿਕੇਸ਼ਨ। ਹਾਂ,
ਔਰਤ ਨੂੰ ਲੈ ਕੇ ਹੋਰ ਮਤਲਬ ਜਿਹੜੀ ਤੁਹਾਡੀ ਸੋਚ ਹੈ ਉਹਨੂੰ ਇਸ ਤਰ੍ਹਾਂ ਦੇ ਗਾਣੇ ਲਿਖ ਕੇ ਜਿਸ ਤਰ੍ਹਾਂ ਦੀ ਸੌਫਟ ਔਰ ਸੈਟਲ ਪੋਇਟਰੀ ਤੁਸੀਂ ਲਿਖਦੇ ਹੋ। ਹਾਂ, ਬੇਸਿਕਲੀ ਜਜ਼ਬਿਆਂ ਨੂੰ ਕੁਰੇਦਣ ਦੀ ਜਾਂ ਫਰੋਲਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ, ਸਿਰਫ ਉਹ ਮੈਨੂੰ ਇਹ ਲੱਗਦਾ ਕਿ ਜ਼ਿਆਦਾਤਰ ਕਿਉਂਕਿ ਸ਼ਾਇਰੀ ਵੈਸੇ ਇਹ ਇੱਕ ਔਰਤ ਦੀ ਖੂਬਸੂਰਤੀ ਨੂੰ ਬਿਆਨ ਕਰਨ ਦੇ ਲਈ ਹੀ ਬਣੀ ਸੀ ਪਹਿਲਾਂ, ਪਰ ਹੌਲੀ ਹੌਲੀ ਜਿਹੜੇ ਕਿ ਅਗਾਂਹ ਵਧੂ ਸੋਚ ਵਾਲੇ ਸ਼ਾਇਰ ਐਸੇ ਆਏ ਜਿਨ੍ਹਾਂ ਨੇ ਉਹਨੂੰ ਹੋਰ ਆਯਾਮ ਦਿੱਤੇ, ਨਵੇਂ ਮੌਜੂਦ ਦਿੱਤੇ, ਨਵੇਂ ਸਬਜੈਕਟ ਦਿੱਤੇ, ਜਿਨ੍ਹਾਂ ਨੇ ਉਹਦਾ ਹੋਰ ਪੱਖ ਉਜਾਗਰ ਕੀਤਾ। ਬਟਾਨਵੀ ਸਾਹਿਬ ਦੀ ਅਸੀਂ ਗੱਲ ਕਰਦੇ ਹਾਂ, ਉਹਨਾਂ ਨੇ ਲੂਣਾ ਲਿਖੀ ਪਰ ਹੋਰ ਨਜ਼ਰੀਏ ਨਾਲ ਲਿਖੀ, ਜਾਂ ਹੋਰ ਜਦੋਂ ਵੀ ਤੁਸੀਂ ਕਿਸੇ ਅਗਾਂਹ ਵਧੂ ਸੋਚ ਦੇ ਬੰਦਿਆਂ ਦੀ ਨੂੰ ਦੇਖੋਗੇ, ਉਹ ਔਰਤ ਦੀ ਬਾਹਰੀ ਖੂਬਸੂਰਤੀ ਤੋਂ ਇਲਾਵਾ ਉਸਦੇ ਅੰਦਰ ਜਿਹੜੀਆਂ ਹਨੇਰੀਆਂ ਚੱਲਦੀਆਂ ਨੇ ਉਸਨੂੰ ਵੀ ਫੁਲਣ ਦੀ ਜਾਂ ਦੇਖਣ ਦੀ ਕੋਸ਼ਿਸ਼ ਕਰਦੇ, ਔਰ ਇਹ ਜ਼ਰੂਰਤ ਵੀ ਓਨੀ ਹੀ ਆ ਜਿੰਨੀ ਕਿ ਉਸਦੀ। ਬਿਲਕੁਲ, ਪਰ ਇਹ ਆਸਾਨ ਨਹੀਂ ਹੈ ਇਸ ਤਰ੍ਹਾਂ ਦੇ ਗੀਤ ਲਿਖਣਾ, ਇਹਨਾਂ ਨੂੰ ਉਸ ਤੋਂ ਬਾਅਦ ਲੋਕਾਂ ਤੱਕ ਲੈ ਕੇ ਜਾਣਾ ਐਂਡ ਲੋਕ ਬੈਠ ਕੇ ਸੁਣਨ। ਹਾਂ, ਬੇਸਿਕਲੀ ਕਿਉਂਕਿ ਉਹਦੀ ਆਡੀਅੰਸ ਨਹੀਂ ਹੈਗੀ, ਆਡੀਅੰਸ ਜਿਹੜੀ ਆ ਉਹ ਜ਼ਿਆਦਾਤਰ ਯੰਗਸਟਰਸ ਦੀ ਆ, ਔਰ ਯੰਗਸਟਰਸ ਨੇ ਕਿਸੇ ਹੋਰ ਚੀਜ਼ ਤੋਂ ਕੁਛ ਲੈਣਾ ਬਿਰਖ ਲੈਣਾ, ਕਿਉਂਕਿ ਉਹ ਉਮਰ ਇਹੋ ਜਿਹੀ ਹੁੰਦੀ ਆ, ਅਲਰਟ ਨਜ਼ਾਕਤਾਂ ਦੀ ਆ, ਖੁਸ਼ ਮਿਜ਼ਾਜੀਆਂ ਦੀ ਆ, ਨਾਚ ਦੀ ਆ, ਗਾਣੇ ਦੀ ਆ, ਔਰ ਹਮੇਸ਼ਾ ਖੁਸ਼ੀ ਦੀ ਆ। ਇਹ ਜਿਹੜੀਆਂ ਥੋੜ੍ਹੀਆਂ ਜਿਹੀਆਂ ਸੰਜੀਦਾ ਚੀਜ਼ਾਂ ਨੇ, ਜਦੋਂ ਤੁਸੀਂ ਥੋੜ੍ਹੀ ਜਿਹੀ ਉਮਰ ਦਰਾਜ਼ੀ ਨੂੰ ਜਾਂ ਜ਼ਿੰਦਗੀ ਨੂੰ ਬਾਰੀਕੀ ਨਾਲ ਦੇਖਣਾ ਸ਼ੁਰੂ ਕਰ ਦਿੰਦੇ ਹੋ, ਮੈਂ ਦੁਆ ਕਰਦਾ ਕਿ ਸਾਡੇ ਨੌਜਵਾਨ ਸ਼ੁਰੂ ਤੋਂ ਹੀ ਬੇਸ਼ੱਕ ਜਦੋਂ ਵੀ ਉਹ 18 ਸਾਲ ਟੱਪ ਜਾਂਦੇ, ਜੇਕਰ ਉਦੋਂ ਤੋਂ ਹੀ ਸੰਜੀਦਗੀ ਥੋੜ੍ਹੀ ਥੋੜ੍ਹੀ ਪੈਦਾ ਨਾਲ ਹੁੰਦੀ ਰਹੇ ਅਤੇ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪੈ ਸਕਦਾ, ਬਹੁਤ ਜ਼ਿਆਦਾ ਫਰਕ ਪੈ ਸਕਦਾ। ਪਰ ਉਹ ਕੁਦਰਤ ਨਾ, ਅਸਲ 'ਚ ਹਿਊਮਨ ਟੈਂਡੈਂਸੀ ਆ ਕਿ ਉਹ ਏਜ ਇਸ ਚੀਜ਼ ਲਈ ਬਣੀ ਹੀ ਨਹੀਂ, ਇਸ ਕਰਕੇ ਤੁਸੀਂ ਪ੍ਰੈਸ਼ਰਾਈਜ਼ ਨਹੀਂ ਕਰ ਸਕਦੇ। ਹਮੇਸ਼ਾ ਜਦੋਂ ਸਾਡੇ ਸੈਮੀਨਾਰ ਵੀ ਹੁੰਦੇ ਅਸੀਂ ਇਹੀ ਗੱਲ ਕਰਦੇ ਹਾਂ ਕਿ ਇਸ ਏਜ ਨੂੰ ਜੇਕਰ ਤੁਸੀਂ ਪ੍ਰੈਸ਼ਰ ਕਰਕੇ ਤੁਸੀਂ ਕੁੱਟਣ ਦੀ ਕੋਸ਼ਿਸ਼ ਕਰੋਗੇ ਬਲਾਸਟ ਹੀ ਹੋਊਗਾ। ਸੋ ਤੁਸੀਂ ਜਸਟ ਤਿਣਕਾ 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 ਉਹਨਾਂ ਕੋਲ ਪਾਈ ਜਾਓ। ਹਾਂ, ਇਹ ਕੰਮ ਸਭ ਤੋਂ ਵੱਧ ਟੀਚਰਸ ਕਰ ਸਕਦੇ ਆ, ਸੈਕਿੰਡ ਮਾਪੇ ਕਰ ਸਕਦੇ ਆ, ਤੀਜਾ ਮੇਰੇ ਖਿਆਲ ਨਾਲ ਹੋਰ ਕੋਈ ਆਰਟਿਸਟ ਵੀ ਕਰ ਸਕਦੇ, ਡੈਫੀਨਿਟਲੀ ਕਰ ਸਕਦੇ, ਆਰਟਿਸਟ ਵੀ ਕਰ ਸਕਦੇ ਆਪਣੇ ਮਿਊਜ਼ਿਕ ਦੇ ਥਰੂ, ਖਾਸ ਕਰਕੇ ਇਹੋ ਤੁਹਾਡੇ ਵਰਗੇ ਆਰਟਿਸਟ ਜਿਨ੍ਹਾਂ ਨੂੰ ਯੰਗਸਟਰਸ ਬਹੁਤ ਪਸੰਦ ਕਰਦੇ ਆ, ਬਹੁਤ ਪਿਆਰ ਕਰਦੇ ਆ। ਹਾਂ, ਉਹ ਕਈ ਵਾਰੀ ਤੁਹਾਡੇ 'ਤੇ ਜ਼ਿੰਮੇਵਾਰੀ, ਜਿਵੇਂ ਹੁਣ ਕਹਿੰਦੇ ਵੀ ਯਾਰ ਅੱਛਾ ਯਾਰ ਇਹ ਕੁਛ ਕਹੂਗਾ ਸ਼ਾਇਦ ਕੁਛ ਪੁਖਤਾ ਹੀ ਗੱਲ ਹੋਊਗੀ, ਸ਼ਾਇਦ ਸਹੀ ਹੋਊਗੀ ਜੇ ਕੋਈ ਕਹਿੰਦਾ, ਜਦੋਂ ਤੁਹਾਡੇ 'ਤੇ ਇਹ ਬੋਝ ਹੋ ਜੇ, ਇਹ ਜ਼ਿੰਮੇਵਾਰੀ ਹੋ ਜੇ, ਫਿਰ ਤੁਹਾਨੂੰ ਬੋਲਣਾ ਚੱਲਣਾ ਬਹੁਤ ਹੀ ਜ਼ਿਆਦਾ ਸੋਚ ਸਮਝੇ ਪੈਂਦਾ ਹੁੰਦਾ। ਸੋ ਜੇਕਰ ਮੇਰੇ ਵਰਗੇ ਬੰਦੇ 'ਤੇ ਲੋਕ ਇਤਬਾਰ ਕਰਦੇ ਨੇ, ਸੋ ਮੇਰਾ ਇਹ ਜ਼ਾਤੀ ਅਖਲਾਕੀ ਫਰਜ਼ ਵੀ ਹੈ ਕਿ ਮੈਂ ਜੋ ਕਹਾਂ ਉਹ ਪੁਖਤਾ ਹੋਵੇ, ਤੋਲਿਆ ਮਾਪਿਆ ਹੋਵੇ, ਕਿਸੇ ਦੇ ਖਿਲਾਫਤ 'ਚ ਨਾ ਹੋਵੇ, ਅਤੇ ਕਿਸੇ ਚੰਗਿਆਈ ਖਾਸ ਤੌਰ 'ਤੇ ਸੋਸ਼ਲ ਕੋਜ਼ ਲਈ ਹੋਵੇ ਤਾਂ ਬਹੁਤ ਬਿਹਤਰ ਗੱਲ ਹੈ ਜੀ। ਅੱਛਾ, ਵੈਸੇ ਕੈਂਸਰ ਅਗੇਨ, ਯੂ ਨੋ, ਕੋਈ ਵੀ ਡਿਜ਼ੀਜ਼ ਇਸ ਮਤਲਬ ਅਨਹੈਲਦੀ ਲਾਈਫ ਸਟਾਈਲ ਨਾਲ ਰਿਲੇਟਡ ਹੁੰਦੀ ਹੈ, ਅਤੇ ਤੁਸੀਂ ਆਪਣੀ ਹੈਲਥ ਵਾਸਤੇ ਰੋਜ਼ ਰੋਜ਼ ਕੀ ਕਰਦੇ ਹੋ? ਐਂਡ ਹੁਣ ਤੁਸੀਂ ਆਫਟਰ ਐਸੋਸੀਏਟਿੰਗ ਵਿਦ ਦਿਸ ਕੌਜ਼, ਤੁਸੀਂ ਆਪਣੇ ਘਰ 'ਚ ਜਿਹੜੀਆਂ ਵੀ ਲੇਡੀਜ਼ ਹੈ, ਤੁਹਾਡੇ ਮੰਮਾ ਹੈ ਜਾਂ ਤੁਹਾਡੀ ਵਾਈਫ ਹੈ, ਤੁਸੀਂ ਉਹਨਾਂ ਦੀ ਲਾਈਫ ਸਟਾਈਲ 'ਚ ਕੋਈ ਖਾਸ ਫਰਕ ਲਿਆਉਣਾ ਚਾਹੋਗੇ? ਹਾਂ ਬਿਲਕੁਲ, ਜਦੋਂ ਤੁਹਾਨੂੰ ਪਤਾ ਲੱਗਦਾ ਫਿਰ ਤੁਹਾਨੂੰ ਜਿੱਦਾਂ ਤੁਸੀਂ ਕਿਹਾ ਹੀ ਆ ਕਿ ਇਲਾਜ ਨਾਲੋਂ ਪਰਹੇਜ਼ ਚੰਗਾ, ਸਫੀਨਾ ਜੀ ਵੀ ਕਹਿੰਦੇ ਹੁੰਦੇ ਆ। ਸੋ ਇਸ ਕਰਕੇ ਮੈਂ ਤਾਂ ਇੱਕ ਘਰ ਨਹੀਂ, ਪੰਜਾਬ ਦੇ ਘੱਟੋ ਘੱਟ ਸਾਰੇ ਘਰ ਜਿੱਥੇ ਜਿੱਥੇ ਜਿਨ੍ਹਾਂ ਲੋਕਾਂ ਨੂੰ ਇਸ ਬਾਰੇ ਇਲਮ ਨਹੀਂ ਹੈਗਾ ਖਾਸ ਤੌਰ 'ਤੇ, ਉੱਥੇ ਬਹੁਤ ਜ਼ਿਆਦਾ ਜ਼ਰੂਰੀ ਆ, ਕਿਉਂਕਿ ਸ਼ਹਿਰਾਂ ਦੇ ਬਾਸ਼ਿੰਦਿਆਂ ਦੀ ਅਪਰੋਚਸ ਹੁੰਦੀਆਂ ਨੇ, ਹਾਂ ਮਤਲਬ ਹਾਈ ਕੁਆਲਿਟੀ ਹੋਸਪਿਟਲਸ ਨਾਲ ਜਾਂ ਡਾਕਟਰਸ ਨਾਲ ਦੋਸਤੀਆਂ ਹੁੰਦੀਆਂ, ਯੂਨੀਵਰਸਿਟੀ ਤੁਸੀਂ ਰਹਿੰਦੇ ਆ, ਕੋਈ ਐਮ ਬੀ ਬੀ ਐਸ ਦੋਸਤ ਹੁੰਦਾ ਤੁਹਾਡਾ, ਕੋਈ ਬੀ ਡੀ ਐਸ ਹੁੰਦਾ, ਕੋਈ ਕਿਸੇ ਨਾ ਕਿਸੇ ਉਹਦੇ 'ਚ ਹੁੰਦੇ ਆ, ਜਾਂ ਅਸੀਂ ਵੀ ਜਿਵੇਂ ਮੈਂ ਦੱਸਿਆ ਸੀ ਹੁਣੇ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਅਸੀਂ ਯੂ ਐਸ ਟੂਰ 'ਚ ਸੀਗੇ, ਸਾਡਾ ਇੱਕ ਡੈਲਸ ਟੈਕਸਸ ਦੇ ਵਿੱਚ ਸ਼ੋਅ ਹੋਇਆ, ਉਹਦੇ ਮੇਨ ਜਿਹੜੇ ਕਿ ਸਪੋਂਸਰ ਸੀਗੇ ਉਹ ਪਾਕਿਸਤਾਨ ਦੇ ਸੀ, ਅਮਾਨੁੱਲ ਖਾਨ ਸਾਹਿਬ ਡਾਕਟਰ ਨੇ, ਉਹ ਬਹੁਤ ਸੀਨੀਅਰ ਅਮੈਰੀਕਾ ਦੇ ਡਾਕਟਰ ਨੇ, ਪਿਛਲੇ 60 ਜਾਂ 65 ਸਾਲ ਤੋਂ ਅਮੈਰੀਕਾ ਨੇ, ਔਰ ਟੈਕਸਸ ਦੀ ਕੈਂਸਰ ਸੁਸਾਇਟੀ ਦੇ ਪ੍ਰੈਜੀਡੈਂਟ ਨੇ, ਅਤੇ ਮੈਨੂੰ ਆਪਣੇ ਘਰ ਵੀ ਲੈ ਕੇ ਗਏ, ਫੋਟੋਗ੍ਰਾਫੀ ਦਾ ਉਹਨਾਂ ਨੂੰ ਸ਼ੌਕ ਆ, ਉਹਨਾਂ ਨੇ ਆਪਣੇ ਹੋਸਪਿਟਲ ਦੇ ਵਿੱਚ ਜਿੱਥੇ ਮਸ਼ੀਨ ਲੱਗੀ ਹੋਈ ਆ ਉਹਨਾਂ ਦੀ ਇਹਦੀ ਕੈਂਸਰ ਦੇ ਜੋ ਵੀ ਹੁੰਦਾ, ਮੈਨੂੰ ਉਹਦਾ ਜ਼ਿਆਦਾ ਜਾਂ ਕੁਛ ਵੀ, ਹਾਂ ਉੱਥੇ ਉਹਦੇ ਸਾਹਮਣੇ ਉੱਪਰ ਉਹਨਾਂ ਨੇ ਉਹ ਆਪਣੀਆਂ ਫੋਟੋਆਂ ਲਾਈਆਂ ਹੋਈਆਂ ਫੁੱਲਾਂ ਦੀਆਂ, ਉਹਦੇ ਵਿੱਚ ਲਾਈਟ ਜਗਦੀ ਹੈ ਜਾਂ ਸਾਰੀ ਦੁਨੀਆ ਜਿੱਥੇ। ਸੋ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਦੇਖੋ ਉਹੋ ਜਿਹੇ ਬੰਦੇ ਕਰ ਰਹੇ ਆ, ਜਾਂ ਜਿੱਥੇ ਯੁਵਰਾਜ ਹੋਣਾ ਦਾ ਇਲਾਜ ਹੋਇਆ ਇੰਡੀਅਨ ਐਪਲਸ ਦੇ ਵਿੱਚ, ਇੰਡੀਆਨਾ ਸਟੇਟ ਦੇ ਵਿੱਚ, ਸਾਡਾ ਜਿਹੜਾ ਕੌਂਸਰਟ ਸੀ ਉਹਦੀ ਕੰਧ ਦੇ ਨਾਲ ਕੰਧ ਸੀਗੀ ਉਸ ਹੋਸਪਿਟਲ ਦੇ ਨਾਲ, ਸੋ ਉੱਥੇ ਉਹਨੂੰ ਦੇਖਣ ਦਾ ਮੌਕਾ ਮਿਲਿਆ। ਜੇਕਰ ਉਹਨਾਂ ਮੁਲਕਾਂ ਦੇ ਵਿੱਚ ਇਹ ਇੱਥੋਂ ਹਿੰਦੁਸਤਾਨ ਤੋਂ ਜਾ ਕੇ ਜਿਹੜੀ ਹੁਣ ਵੱਡੀ ਪਰਸਨੈਲਿਟੀਜ਼ ਨੇ, ਚਾਹੇ ਉਹ ਲਿਜ਼ਾ ਰਹੇ ਹੈ, ਚਾਹੇ ਉਹ ਯੁਵਰਾਜ ਆ, ਜਾਂ ਉਹ ਮਨੀਸ਼ਾ ਕੋਈਰਾਲਾ, ਔਰ ਜੇ ਉਹ ਉੱਥੇ ਜਾ ਕੇ ਇਲਾਜ ਕਰਵਾਉਂਦੇ ਆ, ਕਿਉਂ ਨਾ ਸਾਡੇ ਹਿੰਦੁਸਤਾਨ ਦੇ ਵਿੱਚ ਉਹ ਮਸ਼ੀਨਾਂ ਆ ਸਕਣ ਜਿਹੜੀਆਂ ਕਿ ਸਾਰੀ ਦੁਨੀਆ ਦੇ ਵੱਡਿਆਂ ਜਿਹੜੇ ਕਿ ਅਗਾਂਹ ਵਧੂ ਸੋਚ ਵਾਲੇ ਜਾਂ ਅਗਾਂਹ ਵਧੂ ਪ੍ਰਵਿਰਤੀ ਵਾਲੇ ਮੁਲਕ ਨੇ,
ਜਿਹੜੀਆਂ ਚੀਜ਼ਾਂ ਜਿਹੜੇ ਇੰਸਟਰੂਮੈਂਟਸ ਉੱਥੇ ਹੈਗੇ ਆ, ਜੇਕਰ ਉਹ ਇੱਥੇ ਵੀ ਸਾਡੇ ਰਿਮੋਟ ਏਰੀਆਜ਼ ਦੇ ਵਿੱਚ, ਖਾਸ ਤੌਰ 'ਤੇ ਸਟੇਟਸ ਦੇ ਪਿੰਡਾਂ ਦੇ ਵਿੱਚ ਕਿਤੇ ਵੱਡੇ ਹੋਸਪਿਟਲ ਹੋਣ ਜਿੱਥੇ ਜ਼ਿਆਦਾ ਜ਼ਰੂਰਤ ਆ, ਸੋ ਇਹ ਮੇਰੇ ਖਿਆਲ 'ਚ ਬੜੀ ਵੱਡੀ ਚੰਗੀ ਗੱਲ ਹੋਏਗੀ ਜੀ। RBCT ਕਾਫੀ ਕੋਸ਼ਿਸ਼ ਇਹ ਕਰ ਰਿਹਾ, ਜਿੰਨਾ ਯੂ ਨੋ ਇਹ ਆਪਣੀ ਮੋਬਾਈਲ ਜਿਹੜੀਆਂ ਕਲੀਨਿਕਲ ਵੈਨਸ ਲੈ ਕੇ ਜਾਂਦੇ ਹੈ ਡਿਫਰੈਂਟ ਡਿਫਰੈਂਟ ਵਿਲੇਜਸ ਵਿੱਚ, ਐਂਡ ਫਰੀ ਮੈਮੋਗ੍ਰਾਫੀ ਟੈਸਟ ਵੀ ਦਿੰਦੇ ਹੈ ਜਿਹੜੇ ਗਰੀਬ ਲੋਕ ਹੈ। ਖੈਰ ਇਹਨਾਂ ਦਾ ਕੰਮ ਤਾਂ ਬਹੁਤ, ਦੇ ਆਰ ਰੀਅਲੀ ਡੂਇੰਗ ਅ ਲੋਟ ਆਫ ਗੁੱਡ ਵਰਕ ਵੈਨ ਇਟ ਕਮਸ ਟੂ ਦਿਸ ਕੌਜ਼। ਫਾਈਨਲੀ ਤੁਸੀਂ ਯੂ ਨੋ, ਕਿਉਂਕਿ ਤੁਸੀਂ ਕਿਹਾ ਕਿ ਤੁਸੀਂ ਖੁਦ ਜਦੋਂ ਬੋਲੋਗੇ ਤਾਂ ਉਹਦਾ ਇਫੈਕਟ ਜ਼ਿਆਦਾ ਹੁੰਦਾ, ਤੁਸੀਂ ਆਪਣੇ ਆਡੀਅੰਸ ਨੂੰ ਇੱਕ ਵਾਰ ਆਪਣੇ ਵੱਲੋਂ ਇੱਕ ਮੈਸੇਜ? ਹਾਂ ਮੈਂ ਬਿਲਕੁਲ, ਤੁਸੀਂ ਵੀ ਦਿਓ, ਤੁਹਾਡੇ ਕਿਹਾ ਵੀ ਉਹਨਾਂ, ਮੇਰੇ ਖਿਆਲ ਸਾਡੇ ਨਾਲ ਵੱਧ ਅਸਰਦਾਰ ਹੋਏਗਾ, ਔਰ ਸਫੀਨਾ ਜੀ ਕਹਿਣਗੇ ਜਾਂ ਉਹਨਾਂ ਦੀ ਸਾਰੀ ਟੀਮ ਕਹੂਗੀ, ਅਸੀਂ ਵੀ ਉਹਨਾਂ ਦੇ ਨਾਲ ਰਲ ਕੇ ਕਹਾਂਗੇ। ਔਰ ਇਸ ਕੌਜ਼ ਦੇ ਵਿੱਚ ਮੈਂ, ਤੁਸੀਂ ਤਾਂ ਪਹਿਲਾਂ ਦੱਸਿਆ ਕਿ ਸਭ ਤੋਂ ਪਹਿਲੇ ਸਾਲ ਬਾਬਾ ਜੀ ਗੁਰਦਾਸ ਮਾਨ ਸਾਹਿਬ ਨੇ ਕੌਂਸਰਟ ਕੀਤਾ ਇਸ ਚੀਜ਼ ਲਈ, ਫਿਰ ਹਰਭਜਨ ਜੀ ਨੇ ਕੀਤਾ, ਫਿਰ ਰੇਖਾ ਭਾਰਵਾ ਸਾਹਿਬ ਨੇ ਕੀਤਾ, ਔਰ ਮੈਂ ਵਿਸ਼ਾਲ ਜੀ ਦਾ ਬਹੁਤ ਵੱਡਾ ਫੈਨ ਹਾਂ, ਅਤੇ ਮੇਰੀ ਬੜੀ ਖੁਆਹਿਸ਼ ਹੈ ਮੈਂ ਉਹਨਾਂ ਨੂੰ ਮਿਲਾਂ, ਬਹੁਤ ਉਮਦਾ ਗਵੱਈਏ ਨੇ ਔਰ ਰੇਖਾ ਦੀ, ਔਰ ਮੈਂ ਅੱਜ ਇਸ ਕੌਜ਼ ਦੇ ਲਈ ਸ਼ਾਮਿਲ ਹੋਇਆ। ਮੈਂ ਤੁਹਾਨੂੰ ਸਾਰਿਆਂ ਨੂੰ ਦਰਖਾਸਤ ਕਰਦਾ ਜਿਹੜੇ ਵੀ ਇਸ ਚੀਜ਼ ਨੂੰ ਦੇਖ ਸੁਣ ਰਹੇ ਨੇ, ਕਿ ਤੁਸੀਂ ਰਾਣੀ ਬ੍ਰੈਸਟ ਕੈਂਸਰ ਜਿਸ ਕੌਜ਼ ਦੇ ਲਈ ਆਪਣਾ ਉੱਦਮ ਲੈ ਕੇ ਅੱਗੇ ਵਧੇ ਨੇ, ਉਹਨਾਂ ਦੀ ਇੱਕ ਛੋਟੀ ਜਿਹੀ ਟੀਮ ਹੈ, ਮੈਂ ਚਾਹੁੰਦਾ ਕਿ ਅਗਲੇ ਵਰ੍ਹੇ ਜਦੋਂ ਇਹ ਕੌਂਸਰਟ ਹੋਵੇ ਅਤੇ ਉਹਨਾਂ ਦੇ ਨਾਲ ਹਜੂਮ ਹੋਵੇ ਲੋਕਾਂ ਦਾ, ਉਹਨਾਂ ਨੇ ਖਾਸ ਤੌਰ 'ਤੇ ਕੁੜੀਆਂ ਮੁਟਿਆਰਾਂ ਜਿਹੜੀਆਂ ਪੜ੍ਹੀਆਂ ਲਿਖੀਆਂ ਨੇ ਸਪੈਸ਼ਲੀ, ਉਹ ਇਸ ਚੀਜ਼ ਨੂੰ ਆਪਣੇ ਮਾਪਿਆਂ ਤੱਕ, ਮਾਵਾਂ ਭੈਣਾਂ ਭਰਜਾਈਆਂ ਨਣਦਾਂ ਤੱਕ ਲੈ ਕੇ ਜਾਣ, ਰਿਮੋਟ ਏਰੀਆ 'ਚ ਖਾਸ ਤੌਰ 'ਤੇ ਜਿੱਥੇ ਪੰਜਾਬ 'ਚ ਐਜੂਕੇਸ਼ਨ ਦੀ ਥੋੜ੍ਹੀ ਜਿਹੀ ਕਮੀ ਹੈ, ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਹੁੰਦਾ, ਤੁਸੀਂ ਜੇਕਰ ਦੱਸ ਸਕੋ, ਕਿਉਂਕਿ ਅਸੀਂ ਤੁਹਾਨੂੰ ਕਹਿ ਸਕਦੇ ਹਾਂ, ਤੁਸੀਂ ਅੱਗੇ ਕਹਿ ਸਕਦੇ ਹੋ, ਕਿਉਂਕਿ ਘਰ ਘਰ ਦੇ ਵਿੱਚ ਦੀਵਾ ਜਗਣਾ ਬੜਾ ਲਾਜ਼ਮੀ ਹੈ। ਸੋ ਤੁਹਾਨੂੰ ਮੈਂ ਆਪਣੇ ਵੱਲੋਂ ਜ਼ਰੂਰ ਦਰਖਾਸਤ ਕਰਦਾ ਕਿ ਕੈਂਸਰ ਇੱਕ ਐਸੀ ਇਲਾਜ ਬਿਮਾਰੀ ਹੈ ਜਿਹਦਾ ਜੇਕਰ ਸਮੇਂ ਰਹਿੰਦਿਆਂ ਵਕਤ ਸਿਰ ਪਤਾ ਲੱਗ ਜਾਏ ਤਾਂ ਉਹ ਸੰਭਾਲਿਆ ਜਾ ਸਕਦਾ, ਨਹੀਂ ਤਾਂ ਕਈ ਮਨੁੱਖ ਜਾਨਾਂ ਅਸੀਂ ਗਵਾ ਲੈਂਦੇ ਹਾਂ ਆਪਣੇ ਮਹਿਬੂਬਾਂ ਨੂੰ, ਆਪਣੇ ਪਿਆਰਿਆਂ ਨੂੰ। ਸੋ ਜਿਵੇਂ ਉਹਨਾਂ ਨੇ ਗਵਾਇਆ, ਉਹਨਾਂ ਦੀ ਵੱਡੀ ਸਿਸਟਰ ਸੀ ਸਵੇਨਾ ਜੀ ਦੀ ਕੈਂਸਰ ਦੇ ਨਾਲ ਜਿਨ੍ਹਾਂ ਦੀ ਮੌਤ ਹੋ ਗਈ, ਸੋ ਇੱਦਾਂ ਪੰਜਾਬ 'ਚ ਹੋਰ ਨਾ ਹੋਵੇ। ਸੋ ਅਸੀਂ, ਮੇਰੀ ਤੁਹਾਨੂੰ ਦਰਖਾਸਤ ਹੈ, ਅਰਜੋਈ ਹੈ, ਬੇਨਤੀ ਹੈ, ਅਰਜ਼ ਹੈ ਕਿ ਤੁਸੀਂ ਪਲੀਜ਼ ਸਾਰੇ ਘੱਟੋ ਘੱਟ ਹਿੰਦੁਸਤਾਨ ਦੇ ਵਿੱਚ, ਨਹੀਂ ਤਾਂ ਪੰਜਾਬ 'ਚ ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਲੋਕਾਂ ਨੂੰ ਇਸ ਗੱਲ ਬਾਰੇ ਅਵੇਅਰ ਕਰਵਾਓ। ਔਰ ਖਾਸ ਕਰਕੇ ਇੱਕ ਔਰਤ ਨੇ ਖਿਆਲ ਨਾਲ, ਜੋ ਕਿ ਇੱਕ ਕਾਰੋਬਾਰ ਦੀ ਪੂਰੀ ਫਲਕਰਮ ਹੁੰਦੀ ਹੈ, ਸ਼ੀ ਇਜ਼ ਦਾ ਸੈਂਟਰ ਪੁਆਇੰਟ ਆਈ ਥਿੰਕ, ਚਾਹੇ ਉਹ ਘਰ ਬੈਠੇ ਜਾਂ ਬਾਹਰ ਰਹੇ, ਅਗਰ ਉਹਦੀ ਤਬੀਅਤ ਜ਼ਰਾ ਜੀ ਵੀ ਖਰਾਬ ਹੋਏ ਤਾਂ ਮੈਂ ਕਹਿੰਦਾ ਸਾਰਾ ਘਰ ਹਿੱਲ ਜਾਂਦਾ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰਤਾਜ ਜੀ, ਐਂਡ ਤੁਸੀਂ ਅਗਰ ਜਾਣ ਤੋਂ ਪਹਿਲਾਂ ਥੋੜ੍ਹਾ ਜਿਹਾ ਕੋਈ ਆਪਣੀ ਪਸੰਦ ਦਾ ਕੋਈ ਵੀ ਅਗੇਨ ਔਰਤ ਨਾਲ ਰਿਲੇਟਡ ਕੋਈ ਸੋਹਣਾ ਜਿਹਾ ਗੀਤ ਪੇਸ਼ ਕਰਨਾ ਚਾਹੋ ਤਾਂ ਵੀ ਵੁੱਡ ਲਵ ਇਟ। ਸੋਚਦਾ ਕੀ ਗਾਵਾਂ, ਹੋ ਤੁਹਾਨੂੰ ਪਰਮਾਤਮਾ ਨੇ ਸਹਿਣ ਵਾਲਾ ਜਿਹੜਾ ਦਿੱਤਾ, ਤੁਹਾਨੂੰ ਪਰਮਾਤਮਾ ਨੇ ਹੌਸਲਾ ਬਥੇਰਾ ਦਿੱਤਾ, ਦੁੱਖੜੇ ਲੁਕੋਇਆ ਨਾ ਕਰੋ ਨੀ ਡੁੱਬ ਜਾਣ, ਅੜਿਓ ਰੋਇਆ ਨਾ ਕਰੋ ਨੀ ਡੁੱਬ ਜਾਣ, ਆਪਣੀਆਂ ਸਦਰਾਂ ਕੁਆਰੀਆਂ ਕਦੇ ਕਦੇ ਬੂਹੇ ਅਤੇ ਬਾਰੀਆਂ ਦੇ ਉਲੇ ਹੋ ਕੇ ਸੁਣ ਲੋ, ਖਲੋਇਆ ਨਾ ਕਰੋ ਨੀ ਡੁੱਬ ਜਾਣੀ, ਹੋ ਪੂਰਾ ਪੂਰਾ ਹੱਕ ਤੁਹਾਡਾ ਖੁਸ਼ੀ ਦੇ ਖਜ਼ਾਨਿਆਂ 'ਤੇ, ਆਖੇ ਸਰਤਾਜ ਰੱਖ ਖੁਦ ਨੂੰ ਨਿਸ਼ਾਨਿਆਂ 'ਤੇ, ਸੁਣ ਲੋ ਮੋਇਆ ਨਾ ਕਰੋ ਨੀ ਡੁੱਬ ਜਾ, ਤੁਹਾਨੂੰ ਵੇਖ ਰੋਂਦਿਆਂ ਨੂੰ ਗਲਾ ਮੇਰਾ ਭਰ ਆਉਂਦਾ,
ਬਿਊਟੀਫੁਲ ਜਿੰਨੀ ਆਵਾਜ਼ ਤੁਹਾਡੀ ਬੁਲੰਦ ਹੈ ਉਨੀ ਹੀ ਉਹਦੇ 'ਚ ਇੱਕ ਸੱਚਾਈ ਹੈ ਐਂਡ ਆਮ ਸ਼ੋਰ ਇਸੇ ਕਾਰਨ ਜੋ ਵੀ ਤੁਹਾਨੂੰ ਸੁਣਨ ਵਾਲਾ ਹੈ ਸੁਣਨ ਵਾਲੀ ਹੈ ਉਹ ਤੁਹਾਡੀ ਆਵਾਜ਼ ਨੂੰ ਨਾ ਸਿਰਫ ਸੁਣੇਗੀ ਤੁਹਾਡੀ ਕਹੀ ਹੋਈ ਹਰ ਗੱਲ 'ਤੇ ਅਮਲ ਵੀ ਕਰੇਗੀ ਸ਼ੁਕਰੀਆ ਥੈਂਕ ਯੂ ਥੈਂਕ ਯੂ ਤੁਹਾਡੇ ਸਾਰਿਆਂ ਅੱਗੇ ਇੱਕ ਛੋਟੀ ਜਿਹੀ ਬੇਨਤੀ ਕਰਨ ਲੱਗੀ ਹਾਂ ਇਹ ਮੇਰੇ ਵੱਲੋਂ ਅਤੇ ਸਰਤਾਜ ਵੱਲੋਂ ਅਤੇ ਸਾਡੇ ਸਾਰੇ ਸਾਥੀਆਂ ਵੱਲੋਂ ਇੱਕ ਇਬਾਦਤ ਹੈ ਉਹਨਾਂ ਜ਼ਿੰਦਗੀਆਂ ਦੇ ਨਾਲ ਜਿਹੜੀਆਂ ਕੈਂਸਰ ਦੇ ਨਾਲ ਬਚ ਨਹੀਂ ਸਕੀਆਂ ਅਤੇ ਉਹਨਾਂ ਵਾਸਤੇ ਆਸ ਅਤੇ ਅਰਦਾਸ ਹੈ ਜਿਹੜੀਆਂ ਇਹਦੇ ਨਾਲ ਲੜਾਈ ਲੜ ਰਹੀਆਂ ਨੇ ਸੋ ਪਲੀਜ਼ ਮਾਹੌਲ ਉਸੇ ਤਰ੍ਹਾਂ ਦਾ ਰੱਖਿਓ ਜਿਸ ਤਰ੍ਹਾਂ ਇੱਕ ਇਬਾਦਤ ਇੱਕ ਬੰਦਗੀ ਦਾ ਹੋਣਾ ਚਾਹੀਦਾ ਹੈ ਬੜੀ ਮਿਹਰਬਾਨੀ ਥੈਂਕ ਯੂ ਸਭ ਤੋਂ ਪਹਿਲਾਂ ਬਹੁਤ ਬਹੁਤ ਅਦਬ ਇੱਜ਼ਤ ਸਤਿਕਾਰ ਦੇ ਨਾਲ ਨਿੱਘ ਦੇ ਨਾਲ ਮੋਹ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਇੱਥੇ ਆਇਆ ਪਤਵੰਤਿਆਂ ਮਹਿਬੂਬਾਂ ਨੂੰ ਸੱਜਣਾਂ ਨੂੰ ਮਿੱਤਰਾਂ ਨੂੰ ਦੋਸਤਾਂ ਨੂੰ ਆਫਿਸਰ ਸਾਹਿਬਾਨਾਂ ਨੂੰ ਮੇਰੇ ਵੱਲੋਂ ਮੇਰੀ ਮੁਕੰਮਲ ਟੀਮ ਵੱਲੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਤੁਸੀਂ ਇਸ ਮੁਕੱਦਸ ਕੰਮ ਦੇ ਲਈ ਇਕੱਠੇ ਹੋਏ ਹੋ ਔਰ ਅੱਜ ਅਸੀਂ ਇਹ ਕੋਸ਼ਿਸ਼ ਕਰਾਂਗੇ ਨਿਰਣਾ ਕਰਾਂਗੇ ਕਿ ਸਾਡੀਆਂ ਭੈਣਾਂ ਤਾਈਆਂ ਭਰਜਾਈਆਂ ਮਾਵਾਂ ਧੀਆਂ ਸਾਰਿਆਂ ਨੂੰ ਇਸ ਗੱਲ ਤੋਂ ਅਸੀਂ ਸੁਚੇਤ ਕਰੀਏ ਕਿ ਜਿਸ ਉੱਦਮ ਨੂੰ ਲੈ ਕੇ ਸਕੀਨਾ ਜੀ ਚੱਲੇ ਆ ਅਸੀਂ ਘੱਟੋ ਘੱਟ ਇੱਕ ਬੰਦੇ ਨੂੰ ਜਾ ਕੇ ਜ਼ਰੂਰ ਦੱਸੀਏ ਸੋ ਇਸ ਦੁਆ ਦੇ ਨਾਲ ਅੱਜ ਹੀ ਮਜ਼ਦੂਰ ਕਰ ਸਕਦੇ ਹਾਂ ਮਿਹਰਬਾਨੀ ਹੋ ਮੇਰੀ ਜ਼ਿੰਦਗੀ ਵੀ ਇੱਕ ਨਾਟਕ ਕੀਤੇ ਕਿਸਮਤ ਨੇ ਬੰਦ ਫਾਟਕ ਆਉਂਦੇ ਸੁਫਨੇ ਘਾਤਕ ਘਾਤਕ ਤੜਕੇ ਤੜਕੇ ਮੌਲਾ ਜੀ ਤੜਕੇ ਮੌਲਾ ਜੀ ਅਸੀਂ ਰਾਹੀ ਭੁੱਲੇ ਭਟਕੇ ਸਾਡੇ ਢੰਗ ਤਰੀਕੇ ਜਟਕੇ ਜੀ ਕਈ ਚਿਰ ਤੋਂ ਰਾਹ ਵਿੱਚ ਅਟਕੇ ਪਾ ਦਿਓ ਸੜਕੇ ਮੌਲਾ ਜੀ ਤੁਸੀਂ ਇਹ ਨਾ ਕਿਉਂਕਿ ਜਿਸ ਤੋਂ ਮਜਲਿਸ ਸ਼ੁਰੂ ਕਰਦੇ ਸੀ ਉੱਥੋਂ ਨਹੀਂ ਕੀਤੀ ਇਹ ਤਾਂ ਅਸੀਂ ਲੂੰਘਾ ਹੀ ਲਾਇਆ ਹੁਣ ਸ਼ੁਰੂ ਕਰਦੇ ਹਾਂ ਆਵੇ ਮਹਿਕ ਉਹਨਾਂ ਦੇ ਲੀੜਿਆਂ ਚੋਂ ਜਿਹੜੇ ਮਜਲਸੀ ਹੋਣ ਅਤਾਰਦੇ ਜੀ ਅਸੋਬਤ ਨੇਕ ਦੀ ਨੇਕ ਬਣਾ ਦਿੰਦੀ ਸੋਬਤ ਅਫਸਰਾਂ ਦੀ ਅਫਸਰ ਬਣਾ ਦਿੰਦੀ ਔਗਣਹਾਰ ਬੇਲੀ ਔਗਣਹਾਰ ਦੇ ਜੀ ਸਾਈਂ ਵੇ ਸਾਡੀ ਫਰਿਆਦ ਤੇਰੇ ਤੋਂ ਦੇ ਨਾ ਦੇਵੇ ਕੋਈ ਹੁਕਾ ਫੇਰ ਦੱਸੋ ਅਸੀਂ ਜਜ਼ਬੇ ਖਰੀਦ ਕਿੱਥੋਂ ਲਈਏ ਸਾਡੇ ਦਿਲਾਂ ਚ ਖੇੜੇ ਨੇ ਬਸ ਕਾਗਜ਼ਾਂ ਦੇ ਫੁੱਲ ਰਸ ਮਹਿਕਦੇ ਗੁਲਾਬਾਂ ਦਾ ਕਸ਼ੀਦ ਕਿੱਥੋਂ ਲਈਏ ਜ਼ਿੰਦਗੀ ਨੀ ਆਉਣੀ ਵਾਰੀ ਵਾਰੀ ਹੋਈ ਨਾ
ਅਸ਼ੈਦ ਲੱਭਦਾ ਲਭਾਉਂਦਾ ਕਦੀ ਸਾਡੇ ਤੀਕ ਆਵੇ ਅਸੀਂ ਉਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇ ਸੰਧੂ ਸਾਹਿਬ ਸ਼ਾਇਦ ਤੁਹਾਨੂੰ ਵੀ ਪਿਆਰ ਵਾਲੀ ਮਹਿਕ ਜਹੀ ਆਵੇ ਅਸੀਂ ਫੁੱਲਾਂ ਉੱਤੇ ਤਿੱਤਲੀ ਬਿਠਾਈ ਜਾਣ ਕੇ ਹੋ ਜਿਹੜਾ ਭੌਰਿਆਂ ਗੁਲਾਬਾਂ ਵਿੱਚੋਂ ਰਸ ਇਕੱਠਾ ਕੀਤਾ ਸੀ ਉਹ ਕਮਲਾਂ ਦੇ ਪੱਤਿਆਂ ਤੇ ਪਾ ਕੇ ਦੇ ਗਏ ਮਧੂ ਮੱਖੀਆਂ ਦੇ ਟੋਲੇ ਸਾਡੇ ਜਜ਼ਬੇ ਨੂੰ ਵੇਖ ਸ਼ਾਇਦ ਆਪਣਿਆਂ ਛੱਤਿਆਂ ਚੋਂ ਲਾ ਕੇ ਦੇ ਗਏ ਇਸੇ ਆਸ ਚੇਕੇ ਆ ਕੇ ਕਦੀ ਪੁੱਛੇਗਾ ਜ਼ਰੂਰ ਤਾਂ ਹੀ ਉਹਨੂੰ ਉਹਦੀ ਨਜ਼ਮ ਸੁਣਾਈ ਜਾਣ ਕੇ ਸ਼ਾਇਦ ਲੱਭਦਾ ਲਭਾਉਂਦਾ ਕਦੀ ਸਾਡੇ ਤੀਕ ਗਾਵੇ ਅਸੀਂ ਉਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇ ਆਖਰੀ ਅਪੀਲ ਸਾਡੀ ਰੱਦ ਹੋ ਗਈ ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ ਉਹਦੀ ਗਲੀ ਜਾਣ ਦਾ ਤਾਂ ਚਾਅ ਹੁੰਦਾ ਸੀ ਕਿਤੇ ਜਾਣਾ ਹੋਵੇ ਉਹੀ ਰਾਹ ਹੁੰਦਾ ਸੀ ਪਰ ਅੱਜ ਉਹੀ ਗਲੀ ਸਰਹੱਦ ਹੋ ਗਈ ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ ਆਖਰੀ ਅਪੀਲ ਸਾਡੀ ਰੱਦ ਹੋ ਗਈ ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ ਆਖਰੀ ਅਪੀਲ ਸਾਡੀ ਰੱਦ ਹੋ ਗਈ ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ ਮੇਰੀ ਹੀਰੀਏ ਤੇ ਜਿਨ੍ਹਾਂ ਨੇ ਹਾਏ ਕਿਹਾ ਇਹਨਾਂ ਦੀ ਏ ਫਕੀਰੀਏ ਨੀ ਸੋਹਣੀਏ ਤੇਰੀ ਖੁਸ਼ਬੂ ਨਸ਼ੀਲੀ ਮਨ ਮੋਹਣੀਏ ਯਾਦ ਆਵੇ ਤੇਰੀ ਦੇਖਾਂ ਜਦੋਂ ਚੰਦ ਮੈਂ ਤੂੰ ਹੀ ਦਿਸੇ ਜਦੋਂ ਅੱਖਾਂ ਕਰਾਂ ਬੰਦ ਮੈਨੂੰ ਲੱਗੇ ਰਾਧਾ ਤੂੰ ਤੇ ਲਾਲ ਨੰਦ ਮੈਂ ਕਾਸ਼ ਤੈਨੂੰ ਵੀ ਹੋਵਾਂ ਏਦਾਂ ਪਸੰਦ ਮੈਂ ਮੈਂ ਤਾਂ ਚਿੜੀਆਂ ਨੂੰ ਪੁੱਛਾਂ ਕੁਝ ਬੋਲੋ ਨੀ ਕਦੋਂ ਆਊ ਮੇਰੀ ਹੀਰ ਭੇਦ ਖੋਲੋ ਨੀ ਤੁਸੀਂ ਜਾਓ ਸੱਚੀ ਜਾਓ ਉਹਨੂੰ ਟੋਲੋ ਨੀ ਜਾ ਕੇ ਫੁੱਲਾਂ ਵਾਲਾ ਜੰਗਲ ਫਰੋਲੋ ਗੁਲਾਬ ਦੀਆਂ ਪੱਤੀਆਂ ਚ ਹੋਣੀ ਤੇਰੀ ਖੁਸ਼ਬੂ ਨਸ਼ੀਲੀ ਮਨ ਮੋਹਣੀ ਅਸੀਂ ਗਏ ਘੁੰਮਣ ਤੇ ਕੋਲ ਜੀਪ ਸੀ ਦੇਖੀਆਂ ਪਹਾੜਾਂ ਉੱਤੇ ਰੁੱਖ ਝਾੜੀਆਂ ਹੋ ਕਈ ਚੋਂ ਤੇ ਸੂਏ ਟੱਪੇ ਥਾਂ ਲੱਭ ਗਈ ਉੱਚੀ ਜਿਹੀ ਢਾਬ ਉੱਤੇ ਪਈ ਛੰਨ ਸੀ ਉੱਥੋਂ ਅਸੀਂ ਬੈਠ ਕੇ ਚੁਫੇਰਾ ਤੱਕਿਆ ਕੋਈ ਕੋਈ ਜਾਂਵਦਾ ਸੀ ਸ਼ਹਿਰ ਵੱਲ ਨੂੰ ਏ ਚੰਡੀਗੜ੍ਹ ਵਾਲਿਓ ਤੁਹਾਡੇ ਨਾਲ ਦੇ ਲਾਗੇ ਦੀ ਗੱਲ ਕੋਈ ਕੋਈ ਜਾਂਵਦਾ ਸੀ ਸ਼ਹਿਰ ਵੱਲ ਨੂੰ ਕੋਈ ਬੈਠਾ ਸੁਣਦਾ ਹਵਾ ਦੀ ਗੱਲ ਉਹ ਤਿੱਲੇ ਵਾਲੀ ਜੁੱਤੀ ਉੱਤੇ ਧੂੜ ਪੈ ਗਈ ਕੰਬਲੀ ਦੀ ਫੰਬੀ ਕੰਡਿਆਂ ਨਾ ਹੈ ਗਈ ਜੰਗਲ ਚ ਘੁੰਮਦੇ ਨੂੰ ਖੂੰਡੀ ਲੱਭ ਗਈ ਮੋਰਨੀ ਦੀ ਭੂਕ ਜਿਵੇਂ ਚੂੰਡੀ ਵੱਢ ਗਈ ਮੈਨੂੰ ਲੱਗੇ ਵੇਲੇ ਮੱਝੀਆਂ ਮੈਂ ਚਾਰਦਾ ਉੱਤੇ ਨੂੰ ਨਿਗਾਹਾਂ ਮੌਲਾ ਨੂੰ ਨਿਹਾਰ ਹੋ ਕੋਈ ਬੰਨੇ ਪੱਗ ਹੋ ਕੋਈ ਬੰਨੇ ਪੱਗ ਅਲਾਵੇ ਸਰ ਪੇਚ ਮਹਾਰਾਜ ਦੀ ਤਰ੍ਹਾਂ ਹੋ ਕੇ ਫੇਰ ਤੇ ਔਰ ਤਸਵੀਰਾਂ ਲਾ ਲਈਆਂ ਤੇ ਵੱਡੀਆਂ ਕਰਾ ਕੇ ਮੈਂ ਬਲਾਂ ਚਲਾ ਲਈਆਂ ਉਹ ਬੂਟ ਲੈ ਨਹੀਂ ਹੁੰਦੇ ਮੈਂ ਬੁਲਟ ਕਿੱਥੋਂ ਲੈ ਲਵਾਂ
ਸਾਡਾ ਤਾਂ ਕੋਈ ਅੰਕਲ ਵੀ ਹੈ ਨੀ ਜੀ ਨੂੰ ਕਹਿਰਵਾ ਹੁਣ ਨਾਲੇ ਪੰਪ ਵਾਲਾ ਕਿਹੜਾ ਸਾਡਾ ਮਾਮਾ ਨੀ ਹੋਰ ਦੱਸ ਕੀ ਭਾਲਦੀ ਪਾਲੀ ਜੀਨ ਪਰ ਰੱਖਦਾ ਪਜਾਮਾ ਪਾਲੀ ਜੀਨ ਪਰ ਰੱਖਦਾ ਪਜਾਮਾ ਨੀ ਹੋਰ ਦੱਸ ਕੀ ਹੱਟ ਕੀ ਔਕਾਤ ਅਸੀਂ ਬੋਲੀਏ ਐਵੇਂ ਜ਼ਰਾ ਦਿਲ ਚ ਗੁਮਾਰ ਸੀ ਕੱਲੇ ਬਹਿ ਕੇ ਕਾਗਜ਼ਾਂ ਤੇ ਲਾ ਲਿਆ ਸੋਚ ਸਾਡੀ ਉੱਤੇ ਜਿਹੜਾ ਪਾਰ ਸੀ ਹਾਏ ਗੁੱਸਾ ਨਾ ਮਨਾਇਓ ਕਿਸੇ ਗੱਲ ਦਾ ਛੋਟਿਆਂ ਦੀ ਛੋਟੀ ਹੁੰਦੀ ਮੱਤ ਦੀ ਬਾਕੀ ਤੁਸੀਂ ਮੇਰੇ ਤੋਂ ਸਿਆਣੇ ਹੋ ਮੈਂ ਤਾਂ ਇਹੋ ਕੱਟੇ ਆਏ ਜੱਤ ਜੀ ਪਿਆਰ ਟੋਲਦੀ ਕਿਤਾਬਾਂ ਰਹਿੰਦੀ ਬੋਲਦੀ ਤੇ ਮਿੱਤਰਾਂ ਨਾਲ ਗੱਲ ਨਾ ਕਰੇ ਹਾਣੀਓ ਸਾਡੇ ਨਾਲ ਗੱਲ ਨਾ ਕਰੇ ਅੱਖਾਂ ਕਹਿੰਦੀਆਂ ਬੜਾ ਹੀ ਕੁਝ ਰਹਿੰਦੀਆਂ ਅੱਖਾਂ ਕਹਿੰਦੀਆਂ ਬੜਾ ਹੀ ਕੁਝ ਰਹਿੰਦੀਆਂ ਦਿਲਾਂ ਦੀ ਗੱਲ ਦੱਸਣੋਂ ਡਰੇ ਪਿਆਰ ਟੋਲਦੀ ਕਿਤਾਬਾਂ ਰਹਿੰਦੀ ਬੋਲਦੀ ਤੇ ਸਾਡੇ ਨਾਲ ਗੱਲ ਨਾ ਕਰੇ ਹਾਣੀਓ ਮਿੱਤਰਾਂ ਨਾਲ ਗੱਲ ਨਾ ਕਰੇ ਰੀਜ ਕੋਈ ਅਥਰੀ ਜੇ ਲੱਭ ਲੈ ਹਾਣ ਬਰਾਬਰ ਦਾ ਤਾਂ ਫਿਰ ਲਾਵਾਂ ਇਸ਼ਕ ਦੀਆਂ ਵੀ ਪੜ ਹੀ ਜਾਂਦੀ ਏ ਹਾਏ ਜਿੰਨੀਆਂ ਮਰਜ਼ੀ ਬੰਦ ਕਰ ਲਵੋ ਬਾਹਰ ਤਾਕੀਆਂ ਜੀ ਹਵਾ ਮੁਹੱਬਤ ਦਿਲ ਦੇ ਵਿਹੜੇ ਵੜ ਹੀ ਜਾਂਦੀ ਏ ਤੇ ਸੁਖ ਸਬਰ ਸ਼ਾਂਤੀ ਤਾਂ ਕਿਉਂਕਿ ਸਭਨਾ ਕੋਲ ਮੁੱਲੀ ਮਾਏ ਤਾਪ ਚੜੇ ਸਿਰ ਪੱਟੀਆਂ ਤਰਦੀ ਅਮੀ ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ ਜਿਨ੍ਹਾਂ ਨੇ ਮਾਵਾਂ ਦਾ ਮੁੱਲ ਨਹੀਂ ਪਾਇਆ ਮੰਦ ਭਾਗਿਆਂ ਡਾਡਾ ਪਾਪ ਕਮਾਇਆ ਅੰਦਰੋਂ ਅੰਦਰੀ ਜਾਂਦੀ ਖੜਦੀ ਅੰਮੀ ਸਾਨੂੰ ਨਾ ਕੁਝ ਹੋ ਜਾਏ ਡਰਦੀ ਦੁੱਖੜੇ ਲੁਕੋਇਆ ਨਾ ਕਰੋ ਨੀ ਡੁੱਬ ਜਾਣੀਆਂ ਰੋਇਆ ਨਾ ਕਰੋ ਨੀ ਡੁੱਬ ਜਾਣੀਓ ਕੁੜੀਓ ਰੋਇਆ ਨਾ ਕਰੋ ਨੀ ਆਦੇ ਉਹ ਤਵੱਜੋ ਜੀ ਇਹ ਮਸਲਾ ਕਈਆਂ ਦਾ ਮਤਵਾਲੇ ਗਾਉਣ ਲੱਗੇ ਨਗਮਾ ਸੁਰਮਈਆਂ ਦਾ ਆਦੇ ਉਹ ਤਵੱਜੋ ਜੀ ਇਹ ਮਸਲਾ ਕਈਆਂ ਦਾ
ਦਿਓ ਤਵੱਜੋ ਜੀ ਇਹ ਮਸਲਾ ਕਈਆਂ ਦਾ ਓਏ ਹਾਲੇ ਤਾਂ ਸ਼ੁਰੂਆਤਾਂ ਮਿੱਤਰਾ ਰੱਬ ਦੇ ਬਖਸ਼ੇ ਕਾਜ ਦੀਆਂ ਬੜੀਆਂ ਲੰਬੀਆਂ ਰਾਵਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ ਹੁਣ ਸਦਾ ਸਫ਼ਰ ਵਿੱਚ ਰਹਿਣਾ ਕਦੇ ਕਦਾਈ ਮਿੱਤਰੋਂ ਸਿੱਕੇ ਖੋਟੇ ਵੀ ਕਮਿਆਉਂਦੇ ਆਸ਼ਕ ਲਈ ਤਾਂ ਬੰਦਾ ਵਾਲੇ ਖੋਟੇ ਵੀ ਕਮਿਆਉਂਦੇ ਨੇ ਉਹ ਕਦੇ ਕਦਾਈ ਮਿੱਤਰੋਂ ਸਿੱਕੇ ਖੋਟੇ ਵੀ ਕਮਿਆਉਂਦੇ ਜਦੋਂ ਕਿਤੇ ਰੇੜੇ ਦਾ ਚੱਕਾ ਚਿੱਕੜ ਦੇ ਵਿੱਚ ਤਸ ਜਾਵੇ ਬੈਠਾ ਬਲਦ ਨਾ ਉੱਠੇ ਬੰਦਾ ਬੜਾ ਕਸੂਤਾ ਫਸ ਜਾਵੇ ਉਸ ਮੌਕੇ ਫਿਰ ਧਾਕੜ ਦੇ ਸੀ ਝੋਟੇ ਵੀ ਕਮਿਆਉਂਦੇ ਨੇ ਸ਼ਾਇਰਾਂ ਲਈ ਤਾਂ ਵੰਗਾਂ ਵਾਲੇ ਝੋਟੇ ਵੀ ਕਮਿਆਉਂਦੇ ਨੇ ਓਏ ਕਦੇ ਕਦਾਂ ਹੀ ਮਿੱਤਰੋ ਸਿੱਕੇ ਝੋਟੇ ਵੀ ਕਮਿਆਉਂਦੇ ਨੇ ਆਸ਼ਕ ਲਈ ਤਾਂ ਵੰਗਾਂ ਵਾਲੇ ਝੋਟੇ ਵੀ ਕਮਿਆਉਂਦੇ ਨੇ ਹਾਏ ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ ਯਾਦ ਰੱਖਦਾ ਵਿਸਾਖੀ ਇਹਨੇ ਵੇਖਿਆ ਹੁੰਦਾ ਜੇ ਰੰਗ ਕਣਕਾਂ ਦਾ ਹਰੇ ਤੋਂ ਸੁਨਹਿਰੀ ਹੋ ਗਿਆ ਤੇਰਾ ਖੂਨ ਠੰਡਾ ਹੋ ਗਿਆ ਏ ਇਹੋ ਵਿਰਸੇ ਦਾ ਮਸਲਾ ਮਖੌਲਦਾ ਤੈਨੂੰ ਅਜੇ ਨੀ ਖਿਆਲ ਪਤਾ ਉਦੋਂ ਹੀ ਲੱਗੂਗਾ ਜਦੋਂ ਨਿਆਣੇ ਅੰਗਰੇਜ਼ੀ ਬੋਲਣਗੇ ਤੁਹਾਨੂੰ ਅਜੇ ਨੀ ਖਿਆਲ ਪਤਾ ਉਦੋਂ ਹੀ ਲੱਗੂਗਾ ਜਦੋਂ ਆਪ ਹੱਥੀ ਜੋਇਆ ਸ਼ਾਇਦ ਜ਼ਰੀ ਹੋ ਗਿਆ ਪਾਣੀ ਪੰਜਾ ਜੋ ਜੋ ਨਾ ਲੈ ਜਾਣਾ।